ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਮੈਂ ਮਨਵੀਰ ਕੌਰ ਪੰਜਾਬ ਦੇ ਵਿੱਚ ਐਨਆਰਆਈ ਕੋਟੇ ਨੂੰ ਲੈ ਕੇ ਇਸ ਸਮੇਂ ਵੱਡੇ ਸਵਾਲ ਆਏ ਨੇ ਸਵਾਲ ਕਿੱਥੋਂ ਪੈਦਾ ਹੋਏ ਨੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਦੋਂ ਐਨਆਰਆਈ ਕੋਟੇ ਦੀਆਂ ਸੀਟਾਂ ਐਮਬੀਬੀਐਸ ਐਂਡ ਐਮਡੀਐਸ ਐਮਬੀਬੀਐਸ ਐਂਡ ਬੀਡੀਐਸ ਲਈ ਵਧਾਉਣ ਦੇ ਲਈ ਪੰਜਾਬ ਸਰਕਾਰ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੰਦੀ ਹੈ ਉੱਥੇ ਸੁਪਰੀਮ ਕੋਰਟ ਪੰਜਾਬ ਸਰਕਾਰ ਦੀ ਅਪੀਲ ਨੂੰ ਖਾਰਿਸ਼ ਕਰਦੇ ਹੋਏ ਕੁਝ ਰਿਮਾਰਕਸ ਸਾਡੇ ਸਾਹਮਣੇ ਰੱਖਦੀ ਹੈ ਉਹ ਰਿਮਾਰਕਸ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਐਨਆਰਆਈ ਕੋਟੇ ਬਿਜ਼ਨਸ ਨੂੰ ਫਰਾਡ ਕਹਿ ਕੇ ਸੁਪਰੀਮ ਕੋਰਟ ਨੇ ਸਾਡੇ ਸਾਹਮਣੇ ਰੱਖਿਆ ਹੈਗਾ ਸੋ ਅੱਜ ਦੇ ਇਸ ਪ੍ਰੋਗਰਾਮ ਚ ਮੇਰੇ ਨਾਲ ਮਹਿਮਾਨ ਨੇ ਡਾਕਟਰ ਪਿਆਰਾ ਲਾਲ ਗਰਗ ਜੀ ਗਰਗ ਸਾਹਿਬ ਨਾਲ ਇੱਕ ਮਹੀਨਾ ਪਹਿਲਾਂ ਵੀ ਆਪਾਂ ਇੰਟਰਵਿਊ ਕੀਤਾ ਸੀ ਇਸੇ ਤੇ ਕਿ ਮੈਡੀਕਲ ਐਜੂਕੇਸ਼ਨ ਦੀਆਂ ਕੀ ਫਾਲਟ ਲਾਈਨਸ ਨੇ ਸੋ ਉਹਦੇ ਵਿੱਚੋਂ ਇੱਕ ਫਾਲਟ ਲਾਈਨ ਐਨਆਰਆਈ ਕੋਟਾ ਸੀ ਸੋ ਹੁਣ ਸੁਪਰੀਮ ਕੋਰਟ ਦੀ ਇਸ ਗੱਲ ਤੋਂ ਮੈਂ ਸਭ ਤੋਂ ਪਹਿਲਾ ਸਵਾਲ ਗਰਗਸਾਭ ਜੀ ਦਾ ਸਵਾਗਤ ਕਰਦੇ ਹੋਏ ਧੰਨਵਾਦ ਕਰਦੇ ਤੁਸੀਂ ਜੁੜੇ ਆ ਸਰ ਮੈਂ ਪਹਿਲਾ ਸਵਾਲ ਹੀ ਤੁਹਾਡੇ ਵੱਲ ਲੈ ਕੇ ਆਣਾ ਚਾਹ ਰਹੀਆਂ ਵੀ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਐਨ ਆਰ ਆਈ ਕੋਟਾ ਬਿਜ਼ਨਸ ਆਪਣੇ ਆਪ ਇੱਕ ਫਰਾਡ ਹੈ ਐਂਡ ਉਹਨਾਂ ਨੇ ਕਿਹਾ ਕਿ ਵੀ ਸਟਾਪ ਦਿਸ ਐਨ ਆਰ ਆਈ ਕੋਟਾ ਬਿਜ਼ਨਸ ਨਾਓ ਸਰ ਇਹਨੂੰ ਕਿਵੇਂ ਐਨਲਾਈਜ਼ ਕਰਦੇ ਹੋ ਇਹਦਾ ਕੀ ਭਾਵ ਹੈ ਸੁਪਰੀਮ ਕੋਰਟ ਦਾ ਇੱਥੇ ਸਰ ਤੋ ਤਨਵਾ ਮੈਂ ਵੀ ਪੀ ਦਰਸਨ ਐਨ ਰੀ ਕੋਰਟ ਦਾ ਇੱਕ ਜੱਜਮੈਂਟ ਸੀ ਮੈਂ ਛੋਟੀ ਜੀ ਦੋ ਲਾਈਨਾਂ ਚ ਬੈਕਗ੍ਰਾਉਂਡ ਦਿਆਂਗਾ ਪਿਛੋਕਰ ਦਿਆਂਗਾ ਇਸ ਦਾ ਇਹ 19 ਕ੍ਰਿਸ਼ਨ ਜੀਪੀ ਵਰਸਸ ਸਟੇਟ ਆਫ ਆਂਧਰਾ ਬਨਾਮ ਸਟੇਟ ਆਫ ਆਂਧਰਾ ਆਂਧਰਾ ਸਟੇਟ ਰਾਜ ਦੇ ਵਿਰੁੱਧ ਜਿਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪ੍ਰਾਈਵੇਟ ਕਾਲਜ ਆਮ ਬੱਚਿਆਂ ਨੂੰ ਸਸਤੀ ਵਿੱਦਿਆ ਦੇ ਸਕਣ ਘੱਟ ਪੈਸਿਆਂ ਤੇ ਮੈਡੀਕਲ ਵਿੱਦਿਆ ਦੇ ਸਕਣ ਉਹ ਕੁਝ ਸੀਟਾਂ ਐਨਰ ਰੱਖ ਲਿਆ ਕਰਨ ਤਾਂ ਕਿ ਉਹਨਾਂ ਨੂੰ ਬਾਹਰੋਂ ਡਾਲਰ ਕਾਉਂਡ ਆ ਜਾਕਰ ਉਹ ਵੋਟਾਂ ਉਹਨਾਂ ਨੇ ਦੇ ਰਾਤ ਕਰਿਆ 15% ਤੇ ਸਾਰੀਆਂ ਸੀਟਾਂ ਦੀ ਬੰਦ ਕਰਤੀ ਇੱਕ 50% ਸੀਟਾਂ ਕਰਤੀਆਂ ਵੀ ਇਹ ਤਾਂ ਸਰਕਾਰ ਜਿੰਨੀ ਫੀਸ ਤੇ ਭਰਨ ਗਿਆ ਮੁੱਖ ਰੂਪ ਉਹ ਨਵੇਂ ਜੋ ਸਰਕਾਰੀ ਕਾਲਜਾਂ ਚ ਹੋਏਗੀ 20% ਜਿਹਨਾਂ ਨੇ ਕਮੈਨੇਜਮੈਂਟ ਕੋਟਾ ਉਹ ਸਰਕਾਰ ਤੋਂ ਥੋੜੀ ਵੱਧ ਹੋਏਗੀ ਫੀਸ ਤੇ 15% ਉਹਨਾਂ ਨੇ ਕਿਹਾ ਐਨਆਰਆਈ ਕੋਟਾ ਜਿਹੜੇ ਐਕਿਊਡ ਐਨਆਰਆਈ ਨੇ ਉਹ ਇੱਥੇ ਪੜਨਾ ਚਾਹੁੰਦੇ ਨੇ ਇੱਥੇ ਆਪਣੇ ਬੱਚਿਆਂ ਨੂੰ ਕੋਰਸ ਕਰਾਉਣਾ ਚਾਹੁੰਦੇ ਉਹਨਾਂ ਵਾਸਤੇ ਉਹਦੇ ਦੋ ਉਦੇਸ਼ ਸੀਗਾ ਇੱਕ ਤਾਂ ਬਾਹਰ ਵਾਲ ਨੂੰ ਇੱਕ ਮੌਕਾ ਦੇਣਾ ਜਿਹੜੇ ਬਾਹਰਲੇ ਸਬੰਧਤ ਸੂਬੇ ਦੇ ਲੋਕ ਬਾਹਰ ਰਹ ਰਹੇ ਨੇ ਤਾਂ ਕਿ ਉਹ ਆਪਣੀ ਪਛਾਣ ਨਾਲ ਆਪਣੀ ਸੱਭਿਆਚਾਰ ਨਾਲ ਜੁੜੇ ਰਹਿਣ ਕੋ ਟੁਪਟ ਪੜਾਈ ਕਰਤੀ ਇੱਥੇ ਚਾਰ ਸਾਲ ਪੜਨਗੇ ਦੂਜਾ ਉਹ ਉਦੇਸ਼ ਇਹ ਸੀ ਜਿਹੜਾ ਵੱਡਾ ਸੀ ਕਿ ਉਹ ਪੈਸਾ ਮਿਲ ਜੇ ਪ੍ਰਾਈਵੇਟਾਂ ਨੂੰ ਆਪ ਦਾ ਕਾਲਜ ਚਲਾਉਣ ਵਾਸਤੇ ਤਾਂ ਕਿ ਦੂਜਾ ਨੂੰ ਉਸ ਅਸਲੀ ਵੰਦਾ ਦੇ ਸਕਿਆ ਇਹ ਉਦੇਸ਼ ਦਾ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ ਇਹ ਦੁਰਵਰਤੋਂ ਹੁੰਦੀ 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 ਇਸ ਤਰ੍ਹਾਂ ਤੇ ਆ ਗਈ ਕਿ ਜਿਹਨੂੰ ਮਰਜ਼ੀ ਐ ਨਾ ਇਹ ਕਹਿ ਲਓ ਜਿਹਨੂੰ ਮਰਜ਼ੀ ਦਾਖਲ ਕਰ ਲਓ ਜਿਹੜਾ ਵੀ ਪੌਂਡ ਹੀ ਨਹੀਂ ਗਾਦਰ ਹੀ ਨਹੀਂ ਉਨੇ ਪੈਸੇ ਦੇਣ ਨੂੰ ਤਿਆਰ ਹੋਵੇ ਉਹਨੂੰ ਵੀ ਤੁਸੀਂ ਸੀਟ ਐਨ ਆਰ ਜੇ ਲੋ ਬਿਨਾ ਕਿਸੇ ਇਮਤਿਆਦ ਦੇ ਸਿਰਫ ਬਾਹਮੀ ਚੋ ਨੰਬਰ ਚਾਹੀਦੇ ਨੇ ਬਾਹਮੀ ਝੂਠਾ ਟਿਕਟਾ ਹੁੰਦੇ ਨੇ ਬਸੇਰੇ ਹੁੰਦੇ ਨੇ ਸਾਡੇ ਸਾਹਮਣੇ ਨੇ ਹੂੰ ਸੋ ਇਹ ਜਿਹੜਾ ਤਾ ਉਹ ਤਰੀਕਾ ਸੀ ਇਹਦੇ ਉੱਤੇ 2011 ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਵੀ ਨਹੀਂ ਆ ਜਿਹੜਾ ਤੁਸੀਂ ਕਹਿ ਰਹੇ ਜਿਹਨੂੰ ਮਰਜ਼ੀ ਬਰ ਗਲਤ ਆ ਅਸਲੀ ਐਨ ਆਰ ਆਈ ਹੀ ਦਾਖਲ ਹੋਏਗਾ ਜੀ ਇਹ ਫੈਸਲਾ ਕਰਤਾ ਤੇ ਜਦ ਇਹ ਫੈਸਲਾ ਹੋ ਗਿਆ ਵੀ ਅਸਲੀ ਐਨਆਰਆਈ ਹੀ ਢਾਕਲ ਹੋਏਗਾ ਤਾਂ ਇਥੋਂ ਦੇ ਉਸ ਵਕਤੀ ਕਾਗੀ ਬੀਜੇਪੀ ਸਰਕਾਰ ਸੀ ਬੀਜੇਪੀ ਦੇ ਕੋਟੇ ਇਹ ਮੰਤralਾ ਆਇਆ ਹੋਇਆ ਸੀ ਉਸ ਮੰਤਰੀ ਨੇ ਜੋ ਵੀ ਆਪਾਂ ਜਾਣਦੇ ਜੋ ਕੁਝ ਹੁੰਦਾ ਸਾਰੇ ਸਮਾਜ ਦੇ ਵਿੱਚ ਉਹਨੇ ਕਹਿਤਾ ਵੀ ਇਹ ਐਨਆਰਆਈ ਕੋਟਾ ਮੈਨੇਜਮੈਂਟ ਕੋਟੇ ਵਿੱਚ ਹੋਏਗਾ ਇਹਨੂੰ ਸਪੈਸ਼ਲ ਮੈਨੇਜਮੈਂਟ ਕੋਟਾ ਕਹਿੰਤਾ ਜਿਹੜਾ ਕਿ ਸੁਪਰੀਮ ਕੋਰਟ ਨੇ ਕਿਤੇ ਨਹੀਂ ਕਿਹਾ ਸਪੈਸ਼ਲ ਮੈਨੇਜਮੈਂਟ ਕੋਟਾ ਉਹਨੇ ਕਹਿਤਾ ਸਪੈਸ਼ਲ ਮੈਨੇਜਮੈਂਟ ਕੋਟਾ ਹੋਏਗਾ ਤੇ ਮੈਨੇਜਮੈਂਟ ਕੋ ਦੁੱਗਣੀ ਫੀਸ ਹੋਏਗੀ ਜਦਕਿ ਉਦੋਂ ਕੁਛ ਸਾਲ ਪਹਿਲਾਂ ਹੀ ਉਹੀ ਮੰਤਰੀ ਚੰਦੀ ਕੌਂਸਲ ਜਿਵੇਂ ਇਹਨਾਂ ਨੇ ਅੱਥੀ ਕਰਿਆ ਚੰਦੀ ਕੌਂਸਲਿੰਗ ਕੇ ਫੀਸਾਂ ਦਾ ਕਹਿ ਗਏ ਸੋ ਇਹ ਜਿਹੜਾ ਕੋਟਾ ਸੀ ਇਹ ਖੇਡ ਬਣ ਗਿਆ ਪ੍ਰਾਈਵੇਟ ਕਾਲਜਾਂ ਵਾਸਤੇ ਸਿਆਸਦਾਨਾਂ ਵਾਸਤੇ ਪ੍ਰਸ਼ਾਸਨਿਕ ਕਰਮੀਆਂ ਵਾਸਤੇ ਇੱਥੋਂ ਤੱਕ ਮੈਂ ਤਾਂ ਕਹਿੰਦਾ ਕੋਈ ਝਿਜਕ ਨਹੀਂ ਯੂਨੀਵਰਸਿਟੀਆਂ ਵਾਸਤੇ ਵੀ ਠੀਕ ਹ ਸੌਦੇਬਾਜੀ ਕਰਨ ਨੂੰ ਕੀ ਤੱਕ ਮੰਨਦਾ ਸੋ ਰੋੜਾਂ ਰਤੀ ਆਣਾ ਇੱਕ ਹੋਰ ਪੈਰੀ ਗੱਲ ਹੈ ਸੰਕੜੇ ਦੀ ਇਹ ਜੇ ਅਗਰ ਆਪਾਂ ਟੋਟਲ ਨੰਬਰ ਦੇਖੀਏ ਤਾਂ ਐਨਆਰਆਈ ਸੀਟਾਂ 381 ਬਣਦੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਮਿਲਾ ਕੇ ਜੀ ਮੈਂ ਹਾਂ ਠੀਕ ਹੈ ਜੀ ਉਹਦੇ ਵਿੱਚ ਜਦ 11 ਚ ਬੰਦ ਕਰਤਾ ਇਹ ਚੰਦਾ ਰਿਹਾ ਬੰਦ ਜਿਹਦਾ ਨਤੀਜਾ ਇਹ ਨਿਕਲ ਲੱਗਿਆ ਕਿ ਜੇ ਐਨਆਰਆਈ ਤੇ ਨਹੀਂ ਆਉਂਦੇ ਤਾਂ ਮੈਨੇਜਮੈਂਟ ਕੋਰਟੇ ਚ ਪ੍ਰਾਈਵੇਟ ਚ ਮੈਨੇਜਮੈਂਟ ਕੋਰਟੇ ਚ ਬਦਲ ਜਾਂਦੀ ਸੀ ਜੇ ਸਰਕਾਰੀ ਚ ਹੋ ਜਨਰਲ ਕੋਰਟੇ ਜਾਂਦੀ ਸੀ ਕੋਈ ਸੀਟਾਂ ਜਨਰਲ ਕੋਰਟੇ ਚੋਂ ਕੱਢੀਆਂ ਗਈਆਂ ਉਹਨਾਂ ਨੂੰ ਕੱਢੀਆਂ ਤਾਂ ਸਰਕਾਰੀ ਤਾਂ ਜਨਰਲ ਕੋਰਟੇ ਚੋਂ ਤਾਂ ਕੱਢੀਆਂ ਸੀ ਵੀ ਚਲੋ ਜਿਹੜੇ ਸ਼ੈਡਿਊਲਡ ਕਾਸਟ ਨੇ ਬੈਕਵਰਡ ਕਲਾਸ ਨੇ ਉਹਨਾਂ ਨੂੰ ਕੋਈ ਨੌਸ ਨਾ ਹੋਵੇ ਇਹ ਹੈ ਇਹਨਾਂ ਨੇ ਪ੍ਰਾਈਵੇਟ ਨਾ ਜੋ ਵੀ ਜਨਰਲ ਕੋਰਟ ਚੋਂ ਕਢਣੀ ਸ਼ੁਰੂ ਕਰਤੀਆਂ ਆਹ ਨਵੀਂ ਗੱਲ ਇਹਨਾਂ ਨੇ ਕਰੀਆ ਫਿਰ ਦੂਜੀ ਗੱਲ ਇਹਨਾਂ ਨੇ ਕੀ ਕਰੀ ਦੂਜੀ ਗੱਲ ਇਹਨਾਂ ਨੇ ਇਹ ਕਰ ਦਿੱਤੀ ਕਿ ਐਨਆਰਈ ਨਹੀਂ ਉਹ 2011 ਦਾ ਫੈਸਲਾ ਧਿਆਨ ਹੀ ਨਹੀਂ ਕਰਿਆ ਜਾਣ ਬੁਝ ਕੇ ਕੋਈ 2017 ਚ ਕਿਸੇ ਨੇ ਰਿਟ ਦਾਇਰ ਪਾਈ ਸੀ ਕਿ ਜੀ ਮੈਂ ਪਹਿਲਾਂ ਐਨਆਰਈ ਆਫ ਦਾ ਸਟੇਟਸ ਆਫ ਦਾ ਦਰਜਾ ਨਹੀਂ ਦਿਖਾਇਆ ਹਾਂ ਮੈਂ ਐਨਆਰਈ ਮੈਨੂੰ ਜਾਸਸਤੀ ਦੀ ਆ ਭਾਰਤੀ ਵਾਸੀ ਹੈ ਉਹ ਮੂਲ ਵਾਸੀ ਕਿਸੇ ਸੂਬੇ ਦਾ ਉੱਤੇ ਐਨਆਰਈ ਬਣਿਆ ਹੋਇਆ ਉਹਨੇ ਕਿਹਾ ਠੀਕ ਹੈ ਤੂੰ ਹੁਣ ਐਨਆਰਈ ਬਣ ਕੇ ਆਪਦਾ ਦਿਖਾ ਦੇ ਵੀ ਮੈਂ ਐਨਆਰਈ ਹਾਂ ਉਹ ਬਹਾਨਾ ਦੇ ਕੇ 2017 ਦਾ ਕੇਸ ਵੀ ਉਹ ਦਚਾ ਵੀ ਆ ਆ ਵੀ ਆ ਉਹਦੇ ਚਾਚਾ ਤਾਇਆ ਮਾਮਾ ਮਾਸੀ ਜੋ ਮਰਜੀ ਪਰ ਆ ਗਾਹਾਂ ਦੀ ਗਾਹਾਂ ਤਰਾ ਮਾ ਮੇਰਾ ਮੁੰਡਾ ਉਹਦਾ ਗਾਹਾਂ ਤਰਾ ਉਹ ਜੀ ਨੂੰ ਮਰਜ਼ੀ ਕਰਦੇ ਸੋ ਇਹ ਜਿਹੜੇ ਸੀ ਲਬਜ ਕਜ਼ਨ ਵਗੈਰਾ ਪਾ ਕੇ ਇਹ ਕਾਈ ਖੁੱਲਾ ਕਰਤਾ ਵੀ ਜਿਹੜਾ ਮਤੀ ਆ ਜੇ ਮਤਲਬ ਉਹਦਾ ਇਹ ਕਿਤੇ ਇਹ ਕਰਤਾ ਖੁੱਲਾ ਦੂਜਾ ਇਹ ਕਰਤਾ ਵੀ ਸੂਚ ਸੇਟਾਂ ਜਿਹੜੀਆਂ ਸੀਟਾਂ ਨੇ ਸੂਬੇ ਦੀਆਂ ਸੀਟਾਂ ਨੇ ਇੱਕ ਪ੍ਰਦੀਪ ਜੈਨ ਕੇਸ ਵਾੜਾ ਹੋਇਆ ਉਹਦੇ ਚ ਸੀਟਾਂ ਦੀ ਵੰਡ ਕਰਤੀ ਸੁਪਰੀਮ ਕੋਰਟ ਨੇ ਉਹ ਮੈਗਨਾ ਕਾਰਟਾ ਕਹਿੰਦੇ ਸੀ ਉਹ ਸਭ ਤੋਂ ਵੱਡਾ ਮਤਲਬ ਅਸੂਲ ਬਣਾਤਾ ਸੁਪਰੀਮ ਕੋਰਟ ਕੋ ਅੱਜ ਦਾ ਨਹੀਂ 40 ਸਾਲ ਪਹਿਲਾਂ ਦਾ ਚੱਲ ਰਿਹਾ ਹੈ ਕਿ ਇਹ 15% ਸੀਟਾਂ ਕੇਂਦਰ ਪਰੇਗਾ ਤਾਂ ਕਿ ਦੇਸ਼ ਦੀ ਇਕਤਾ ਬਣੀ ਰਹੇ ਜਿਹੜਾ ਮਰਜੀ ਉਹਨਾਂ 15% ਸੀਟਾਂ ਚ ਦਾਖਲਾ ਲੈ ਜੀ ਬਾਕੀ 85% ਸੀਟਾਂ ਨੂੰ ਕਿਹਾ ਸਟੇਟ ਕੋਟਾ ਉਹ ਸੂਬਾ ਖੁਦ ਪਰੇਗਾ ਆਪ ਦੇ ਸੂਬੇ ਦੇ ਤਰ੍ਹਾਂ ਤਰੀਕੇ ਨਾਲ ਇਹ ਵੀ ਇਹਨਾਂ ਨੇ ਤੋੜਤਾ ਇਹਨਾਂ ਨੇ ਕਿਹਾ ਅਸੀਂ ਆਲ ਇੰਡੀਆ ਤੇ ਭਰਾਂਗੇ ਐਨ ਆਰ ਆਈ ਦੀ ਇਹ ਦੂਜਾ ਤੋੜਿਆ ਤੇ ਇਹ ਸਾਰਾ ਕੁਝ ਤੋੜ ਕੇ ਜਦ ਇਹਨਾਂ ਨੇ ਸੀਟਾਂ ਦੀ ਵੰਡ કરી ਆਇਕਾ ਨਵੀਂ ਗੱਲ ਬੜੀ ਵੱਡੀ ਕਹਿਰ ਕਾਫੀ ਕਰੀ ਕਿ ਆ ਮੇਰੇ ਕੋਲ ਉਹਨਾਂ ਦੀ ਵੰਡ ਪਈ ਐ ਸੀਟਾਂ 'ਚ ਇਹ ਕਿਹੜਾ ਪਹਿਲਾਂ ਵੀ ਦਿਖਾਈ ਹੋਵੇ ਆ ਵੰਡ ਐ ਇਹ ਵੰਡ ਦੇ ਵਿੱਚ ਪ੍ਰਾਈਵੇਟ ਕਾਲਜਾਂ ਦੀ ਇੱਕ ਕੈਟਾਗਰੀ 'ਚ 275 ਸੀਟਾਂ 'ਚੋਂ ਤਰਸ ਇਹ ਤਰਸੀ ਸੀਟਾਂ ਜਿਹੜੀਆਂ ਨੇ ਐਨਆਰਆਈ ਨੇ ਜਨਰਲ ਕੋਟੇ 'ਨ ਸਿਰਫ 55 ਸੀਟਾਂ ਨੇ ਤੇ ਸ਼ਡਿਊਲਡ ਕਾਸਟਾਂ ਨੂੰ ਨਾਲ ਤਰਨੇ ਇਸ ਇਤਨਾ ਬੈਕਵਰਡ ਕਲਾਸ ਨੂੰ 27 ਨੇ 10% ਨੇ ਉਹਨਾਂ ਦੀਆਂ ਉਹ ਸਾਰਿਆਂ ਨੂੰ ਤਾਂ ਟੋਟਲ ਸੀਟਾਂ ਤੇ ਦੇਤਾ ਹੂੰ ਤੇ ਬਾਕੀ ਜਿਹੜੀਆਂ ਬਚੀਆਂ ਉਹਨਾਂ ਦੇ ਵਿੱਚੋਂ ਐਨਆਰ ਐਸ ਸੀ ਟਾਂ ਕਰਤੀਆਂ ਜੇ 55 ਹੀ ਰਹਿ ਗਿਆ ਜਨ ਨਾਲ ਉਹਨੋਂ 55 ਨੇ ਜਿਹੜੀਆਂ ਉਹਦੇ ਚ ਸਾਰੀਆਂ ਕੈਟਗਰੀਆਂ ਵੀ ਕੰਪਲੀਟ ਕਰ ਸਕਦੀਆਂ ਨੇ ਐਸ ਸੀ ਵੀ ਡੀ ਸੀ ਵੀ ਹੈਂਡੀਕੈਪ ਵੀ ਜਿਹਦਾ ਨਤੀਜਾ ਇਹ ਨਿਕਲਿਆ ਵੀ ਉਹ 55 ਤੋਂ ਵੱਧ ਵੱਧ ਨੇ ਹੋ ਸਕਦਾ 35 ਹੀ ਰਹਿ ਜਾਣ ਹੂੰ 275 ਚ ਇਕਾ ਹੋਰ ਕਿ ਹੈ ਦੋ ਕਾਲ ਜੇ ਨਵੇਂ ਪੰਜਾਬ ਦੇ ਵਿੱਚ ਡਾਕਲੇ ਸ਼ੁਰੂ ਹੋਏ ਨੇ ਫਿਰ ਕਰਨ ਇੱਕ ਦਾ ਨਾਂ ਹੈ ਡਾਕਟਰ ਅੰਬੇਦਕਰ ਇੰਸਟੀਚਿਊਟ ਕਾਮੈਡੀਕਲ ਕਾਲਜ ਮੁਹੱਬੀ ਦੂਜਾ ਹੈਗਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜੇ ਚੱਲਦਾ ਪਹਿਲੇ ਸੀ ਯੂਨੀਵਰਸਿਟੀ ਕੋਲ ਹੂੰ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਸੀਟਾਂ ਟੋਟਲ ਨੇ 106 ਦੇ ਵਿੱਚੋਂ 24 ਸੀਟਾਂ ਰਿਜ਼ਰਵ ਕਰਤੀਆਂ ਇਹਨਾਂ ਵਾਸਤੇ ਸ਼ੈਡਿਊਲ ਕਾਸ ਵਾਸਤੇ ਹੂੰ ਕਿ ਦੂਜੇ ਪਾਸੇ 85ਾਂ ਦੇ ਵਿੱਚੋਂ 21 ਕਰਤੀਆਂ ਜਿਹਦੇ ਨਤੀਜੇ ਨਾਲ ਜਨਨਵਿਆ ਸੀਟਾਂ ਹੋਰ ਕੱਟ ਗਈਆਂ ਜੀ ਸਰਕਾਰੀਆਂ ਚੋਂ ਸਮਝੋ ਉਹਦੀ ਫੀਸ ਤਾਂ ਥੋੜੀ ਵੱਧ ਹੈ ਸਰਕਾਰੀ ਨਾਲ ਪਰ ਸਰਕਾਰੀ ਜਿੰਨੀ ਵਰਗੀ ਰਹੀ ਆ ਵੀਰਮ ਦੀ ਕਰਦੇ ਹੋ ਨਹੀਂ ਇਹੇ ਤਰ੍ਹਾਂ ਜਦ ਮੈਂ ਦੇਖਦਾ ਇੱਕ ਗੁਰੂ ਰਾਮਦਾਸ ਕਾਲਜ ਆ ਉਹਦੇ ਵਿੱਚ ਦੋ ਕੈਟੇਗਰੀਆਂ ਨੇ ਸੀਟਾਂ ਦੀ ਇੱਕ ਮਿਨੋਰਟੀ ਕੋਟਾ ਇੱਕ ਨਾਨ ਮਿਨੋਰਟੀ ਮਿਨੋਰਟੀ ਕੋਟੇ 'ਚ 11 ਸੀਟਾਂ ਨੇ ਸ਼ੈਡਿਊਲ ਕਾਸਟਾਂ ਇਹ ਐਨਆਰਆਈ ਦੀਆਂ ਉਹ ਇੱਕ ਤਾਂ ਇਹਨਾਂ ਦੋਚ ਵੰਡਤੀਆਂ ਕਿਸੇ ਹੋਰ ਚ ਨਹੀਂ ਪਲਾਨੀਆਂ ਵੰਡੀਆਂ ਜਾਂਦੇ ਉਹ ਬਦਲਿਆ ਹੀ ਨਹੀਂ ਇਹਨਾਂ ਨੇ ਵੀ ਭਾਈ ਨਹੀਂ ਇਹ ਤਾਂ ਮੈਨੇਜਮੈਂਟ ਕੋਟਾ ਕਿਹਾ ਜਾ ਮਨਾਟੀ ਤੁਸੀਂ ਇੱਥੇ ਗਿਆ ਨਾ ਕਿ ਮੇਰੇ ਕਿਉਂ ਨੇ ਹੋ ਕੋਈ ਕੇਸ ਕੋਰਟੀ ਉਹਦੇ ਤੇ ਪਾਇਆ ਨਹੀਂ ਦੂਜੀ ਗੱਲ ਜਦੋਂ 11 75 ਚੋਂ 11 ਕੱਢ ਕੇ 64 ਰਹਿ ਗਈਆਂ 64 ਦੇ ਵਿੱਚੋਂ ਸ਼ਡਿਊਲ ਕਾਫ ਨੂੰ ਜਾਣੇ ਅਸੀਂ 16 16 ਚੋਕੇ 64 ਤੇ ਉਹਨਾਂ ਨੂੰ ਦੇ ਦਿੱਤੀਆਂ 19 19 ਚੋਕੇ 76 ਜਨਕਿ 75 ਸੀਟਾਂ ਦੀ بجائے 76 ਚੋਂ ਬੰਦ ਕਰਤੀ 19 ਦੇਤੀਆਂ ਉਹਦੇ ਨਾਲ ਵੀ ਜਿਹੜੀ ਜਨਰਲ ਕੈਟਾਗਰੀ ਸੀ ਉਹ ਨਹੀਂ ਸੀ ਟਾ ਕਟ ਗਈਆਂ ਹੁਣ ਇਹ ਜਿਹੜੀ ਇਹਨਾਂ ਨੇ ਇੱਡੀ ਵੱਡੀ ਕਹਿਰ ਕਾਫੀ ਕਰੀ ਇਹਦੇ ਵਿੱਚ ਜਨਰਲ ਕੈਟਾਗਰੀਆਂ ਸਾਰੀਆਂ ਸੀਟਾਂ ਚੜ ਗਈਆਂ ਔਰ ਜਨਰਲ ਕੈਟਾਗਰੀ ਫੇਰ ਵੀ ਸ਼ਾਇਦ ਉੱਪਰ ਰਹਿੰਦੀ ਵੀ ਸ਼ਾਇਦ ਇਹਨਾਂ ਨੇ ਐਨ ਆਰ ਆਈ ਨਾ ਹੋਣ ਇਹਨਾਂ ਨੇ ਇਹ ਕ ਕਵੀ ਜਿਹੜਾ ਮਰਜੀ ਆ ਜੇ ਹੂੰ ਦੋ ਗੱਲਾਂ ਵਧਾਈਆਂ ਜਿਹੜੀਆਂ ਮੈਂ ਦੁਬਾਰਾ ਸਾਡੇ ਦਰਸ਼ਕਾਂ ਵਾਸਤੇ ਦੱਸਣਾ ਚਾਹਣਾ ਇੱਕ ਕਿ ਸੂਬੇ ਦੀਆਂ ਸੀਟਾਂ ਨੂੰ ਆਲ ਇੰਡੀਆ ਸੀਟਾਂ ਕਹਿੰਦਾ ਆਪਦਾ ਹੱਕ ਆ ਪਿਛੜਦਾ ਇਹ ਸਰਕਾਰ ਆਪਨ ਪਤਾ ਹੀ ਹੈ ਇਹ ਸਰਕਾਰਾਂ ਦੇ ਹੱਕ ਛੜਦੀ ਜਾ ਰਹੀ ਹੈ ਰੋਜ਼ ਇਹ ਸੂਬੇ ਦੇ ਵਿੱਚ ਨਹੀਂ ਇਹ ਬਾਹਰ ਦੀਆਂ ਗੱਲਾਂ ਕਰਦੀ ਹੈ ਇਹ ਇਹੀ ਜਾਣੇ ਕਿਉਂ ਕਰਦੀ ਹੈ ਕਿ ਜੇ ਇੱਕ ਨਹੀਂ ਮੈਂ ਖਜਾਨਾ ਸਬੂਤ ਦੇ ਨੂੰ ਚਾਹ ਵਿੱਦਿਆ ਮਰਜੀ ਆ ਜਾਣ ਚਰਚਾ ਕਰ ਲੈਣ ਇਹ 10 ਦਿਨ ਦੀ ਵਿਕਾਸ ਕਮਿਸ਼ਨ ਕਿਵੇਂ ਬਣਾਇਆ ਹੈ ਵਾਈਸ ਚਾਂਸਲਰ ਕਿਵੇਂ ਲਾਇਨੇ ਉਹ ਕੀ ਕੀ ਰੂਲ ਬਣਾ ਰਹੇ ਨੇ ਇਹ ਸਾਰਾ ਕੁਝ ਆ ਹੁਣੀ ਦਾਜ ਯੂਨੀਵਰਸਿਟੀ ਤੁਸੀਂ ਪਟਿਆਲੇ ਰੌਲਾ ਸੁਣਿਆ ਹੀ ਆ ਉਹ ਵਾਈਚਾਂਸ ਰਚੰਕਰ ਸਿੰਘ ਜਿਹੜਾ ਉਹ ਪੁੱਛੇ ਵੀ ਕਿੱਥੋਂ ਆਇਆ ਉਹ ਕੌਣ ਹੈ ਚਲੋ ਦੂਜੇ ਇਹਨਾਂ ਨੇ ਇਹ ਕਰਤਾ ਵੀ ਐਨਆਰਆਈ ਜਿਹੜਾ ਮਰਜ਼ੀ ਹੋ ਜੇ ਹਾਈ ਕੋਰਟ ਦਾ ਫੈਸਲੇ ਨੂੰ ਉਹਦਾ ਉਲੰਘਣ ਕਰ ਹੂੰ ਉਹਦੀ ਮਾਨਹਾਨੀ ਕਰਤੀ ਤਰ੍ਹਾਂ ਕੀਤੀ ਇਹਦੇ ਵਿੱਚ ਜਿਆਦੇ ਕਰਤਾ ਤਾਂ ਪੈ ਗਿਆ ਰੋਣਾ ਰੋਣਾ ਪੈ ਗਿਆ ਤੇ ਇਹਦੇ ਉੱਤੇ ਲੋਕਾਂ ਨੇ ਪ੍ਰਤੀਕਿਰਿਆ ਜाहिर ਕੀਤੀ ਮੰਤਰੀ ਚੰਮੜਾ ਉੱਠੇ ਔਰ ਮੰਤਰੀ ਜੀ ਦੇ ਮੂੰਹੋਂ ਨਿਕਲ ਗਿਆ ਕਹਿ ਲੋ ਕਹਿੰਦਾ ਜੀ ਦੱਖੋ ਆਏ ਤਾਂ ਫਿਰ ਬਾਹਰ ਦੇਆਂ ਨੂੰ ਸੀ ਪ੍ਰਾਈਵੇਟਾਂ ਨੂੰ ਫਾਇਦਾ ਦੇਣਾ ਸੀ ਨਹੀਂ ਤਾਂ ਪ੍ਰਾਈਵੇਟਾਂ ਨੂੰ ਦੂਜੇ ਲੈ ਜਾਂਦੇ ਨੇ ਹੂੰ ਹੂੰ ਰੈਵਨਿਊ ਇਹ ਬਹਾਨਾ ਹੂੰ ਨਹੀਂ ਪ੍ਰਾਈਵੇਟਾਂ ਤੋਂ ਕਦੋਂ ਰੈਵਨਿਊ ਆਣਾ ਪ੍ਰਾਈਵੇਟਾਂ ਤੋਂ ਸਰਕਾਰ ਨੂੰ ਕੋਈ ਤਾਂ ਸੈ ਨਹੀਂ ਹੁੰਦਾ ਕੋਈ ਰੈਵਨਿਊ ਨਹੀਂ ਆਉਂਦਾ ਰੈਵਨਿਊ ਦੋ ਨੰਬਰ ਦਾ ਰੈਵਨਿਊ ਹੋਵੇ ਚੱਕੀ ਗੱਲ ਹੈ ਪ੍ਰਾਈਵੇਟਾਂ ਨੂੰ ਫਾਇਦਾ ਦੇਣਾ ਹੈ ਤਾਂ ਕਿ ਉਹ ਜਨਾਜਾਂ ਸਾਡੇ ਇੱਥੇ ਬੱਚੇ ਇੱਥੇ ਧੱਕਣ ਇਹੋ ਜਾਂ ਮੈਂ ਕਹਾਂਗਾ ਗੁੰਮਰਾਹ ਕਰਨ ਵਾਸਤੇ ਜੋ ਕੁਛ ਮੰਤਰੀ ਨੇ ਕਿਹਾ اور ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਇਹਨੇ ਬਾਰ 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 ਕਿਹਾ ਆ ਆਖਰਕਾਰ ਮੈਨੂੰ ਉਸ ਵਕਤਾਂ ਇਹ ਕਰਨੇ ਪੁੱਛੇ ਮੈਂ ਕਿਹਾ ਕਿ ਹਾਈ ਕੋਰਟ ਜਾਣ ਲਈ ਤਰੀਕਾ ਹੋਏਗਾ ਹਾਈ ਕੋਰਟ ਚ ਗਏ ਬੱਚੇ ਸੁਣ ਕੀ ਪਹਿਲੀ ਪੇਸ਼ੀ ਸਟੇ ਹੋ ਗਿਆ ਅਗਲੀ ਪੇਸ਼ੀ ਹਾਈ ਕੋਰਟ ਨੇ ਇਹਨਾਂ ਦਾ ਉਹ ਰੱਦ ਕਰ ਦਿੱਤਾ ਕਿਉਂਕਿ ਹਾਈ ਕੋਰਟ ਦਾ 11 ਚ ਰੱਦ ਕਰਿਆ ਹੋਇਆ ਸੀ ਜੀ ਇਹਨਾਂ ਨੇ ਤਾਂ ਹਨਨ ਕੀਤਾ ਸੀ ਹਾਈ ਕੋਰਟ ਨੇ ਜਾਇਜ਼ ਫੈਸਲਾ ਕਰਤਾ ਵੀ ਨਹੀਂ ਇਹ ਗਲਤ ਹੈ ਤੁਸੀਂ ਜੋ ਪਹਿਲਾਂ ਚਾਹਦਾ ਉੱਤੇ ਇਹਨਾਂ ਨੂੰ ਬ릿ਲ ਬਣਾਏ ਕਿਉਂਕਿ ਇਹ ਪੈਸਾ ਸਰਕਾਰ ਕੋਲ ਨਹੀਂ ਹੋਣਾ ਇਹ ਪੈਸਾ ਤਾਂ ਕਿਸੇ ਹੋਰ ਕੋਲ ਜਾਣਾ ਤੇ ਉਹਨਾਂ ਨੂੰ ਪੈਸਾ ਦਵਾਉਣ ਵਾਸਤੇ ਸਰਕਾਰ ਬੜੀ ਤਰਲੋ ਮੱਛੀ ਹੋ ਰਹੀ ਹੈ ਅੱਜ ਕੱਲ੍ਹ ਦੇਮ ਚਲਾਉਂਦੇ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈ ਸਣੇ ਇਹਨਾਂ ਦਾ ਵਿਭਾਗਾਂ ਜੇ ਇਹ ਨਾਲੇ ਸੁਪਰੀਮ ਕੋਰਟ ਤੇ ਫਟਾਫਟ ਉਹ ਤਾਂ ਬੰਦੀ ਸਿੰਘਾਂ ਦਾ ਹੋਰ ਕਿੰਨੇ ਮਾਮਲੇ ਨੇ ਏਡੇ ਏ ਸੁਪਰੀਮ ਕੋਰਟ 'ਚ ਨਹੀਂ ਜਾ ਰਹੇ ਹਮ ਇਹ ਇਸ ਮਾਮਲੇ ਤੇ ਤੁਰੰਤ ਫਰੰਤ ਸੁਪਰੀਮ ਕੋਰਟ 'ਚ ਗਏ ਉੱਥੇ ਲੱਗ ਗਿਆ ਤੇ ਉਥੇ ਜਿਹੜਾ ਤੁਸੀਂ ਪਾਸੋਂ ਦਾ ਫੈਸਲਾ ਸੁਣਿਆ ਪਰ ਇਹ ਉਹ ਪੈਸੇ ਵੀ ਕਿ ਜੋ ਇਹਨਾਂ ਦੀ ਫਜ਼ੀਅਤ ਹੋਈ ਹੈ ਪਰ ਇਹਨਾਂ ਨੇ ਜਿਹੜੇ ਉਹਰੇ ਸਾਡੇ ਵਰਗੇ ਜਿਹੜੇ ਬੋਲਦੇ ਸੀ ਠੀਕ ਹੈ ਮੈਨੂੰ ਕਿਹਾ ਕੁਛ ਨਹੀਂ ਪਰ ਅਤਰਾਜ ਕਰੇ ਲੋਕਾਂ ਕੋਲੇ ਐਂਕਣਾ ਕੋਲੇ ਕਿ ਜੀ ਦਿਖਾਏ ਬੋਲਦੇ ਨੇ ਆਏ ਕਹਿੰਦੇ ਨੇ ਅਮਾਦੀ ਨੂੰ ਤਾਂ ਫਿਰ ਕੇ ਅੰਧਕਾਰ ਹੀ ਦਿੱਤਾ ਤੇ ਗਈਆਂ ਨੇ ਇਹਨਾਂ ਨੇ ਆਪਦੇ ਆਈਟੀ ਸੰਗ ਰਾਹੀਂ ਲਿਖਾਇਆ ਵੀ ਮਾਦੀ ਤੋਂ ਬਾਅਦ ਪਿਆਰਲਾ ਤੇਰੀ ਵਾਰੀ ਹੈ ਉਹ ਨਾ ਨੂਆ ਪਤਾ ਨਹੀਂ ਵੀ ਪਾਹੀ ਤਾਂ ਉਸਨੇ ਖੋਪੜੀ ਲਹਾਈ ਸੀ ਹੂੰ ਜੇਲ੍ਹ ਜਾਣਾ ਸਾਡੇ ਵਾਸਤੇ ਕੋਈ ਇਹੀ ਜੀ ਗੱਲ ਨਹੀਂ ਆਇਆ ਸੀ ਕਿ ਲੋਕ ਪੈਸਾ ਕਮਾਣਾ ਹੁੰਦਾ ਦੋ ਰੋਟੀਆਂ ਖਾਣੀਆਂ ਨੇ ਅੰਬ ਦੇ achar ਨਾਲ ਉਹਰੇ ਖਾਣਿਆ ਤੇ ਜੇਲ੍ਹ ਦੀ ਹਿੰਮਤ ਨਹੀਂ ਪੈ ਗਈ ਵੀ ਉਹ ਸਾਨੂੰ ਭੁੱਖਾ ਰੱਖ ਸਕੇ ਤੁਸੀਂ ਆਹ ਭੁੱਖ ਹੜਤਾਲ ਕਰੀਏ ਬੱਕਰੀ ਗੱਲ ਹੈ ਸੋ ਇਸ ਕਰਕੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਸਹੇਲੇ ਦਾ ਪਤਾ ਨਹੀਂ ਜਿਹੜੇ ਆਈਟੀ ਰਹੇ ਮਿਹਨਤ ਦਿੰਦੇ ਨੇ ਜਿਹੜੇ ਬੋਲ ਨਹੀਂ ਤੇ ਜ਼ਬਾਨ ਬੰਦੇ ਮੈਂ ਜਿੰਨੇ ਇਹਨਾਂ ਨੇ ਹੁਣ ਐਸ ਤੋਂ ਬਾਅਦ ਕਮੈਂਟ ਦਿੱਤੇ ਨੇ ਉਹ ਕਮੈਂਟ ਤੋਂ ਮੈਨੂੰ ਲੱਗਦਾ ਹੈ ਬੇਪਰੰਤਮਾਨ ਤੇ ਹਰਪਾਲ ਜੀ ਮਾ ਜਮਾ ਲੜੇ ਹੋਏ ਨੇ ਲੈਣਾ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਪੱਠਾ ਬਠਾਇਆ ਹੈ ਪੰਜਾਬੀ ਯੂਨੀਵਰਸਿਟੀ ਦਾ ਉਹ ਫੇਰ ਬਾਬਾ ਫਰੀਦ ਯੂਨੀਵਰਸਿਟੀ ਦਾ ਬਿਠਾਇਆ ਉਹਨੇ ਸਾਰਿਆਂ ਦਾ ਬਿਠਾ ਰਹੇ ਨੇ ਆਲਾ ਦਾ ਤੁਸੀਂ ਦੇਖ ਲਿਆ ਇਹ ਯੂਨੀਵਰਸਿਟੀਆਂ ਦਾ ਪੱਠਾ ਬਿਠਾ ਰਹੀ ਹੈ ਸਰਕਾਰ ਕਿਉਂਕਿ ਇਹਨਾਂ ਨੂੰ ਪਤਾ ਵੀ ਕੁਛ ਇਹ ਤਾਂ ਕਹਿੰਦਾ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਇਹ ਉਹ ਨਹੀਂ ਜਿਨ੍ਹਾਂ ਨੂੰ ਉੜਾੜਾ ਨਹੀਂ ਪਤਾ ਮੈਨੂੰ ਮੈਨੂੰ ਕਿਸੇ ਚ ਕੋਈ ਚੇਂਜ ਨਹੀਂ ਜਿੱਦੇ ਇਹਨਾਂ ਦੇ ਮੰਤਰੀਆਂ ਨੇ ਜਿੱਦੇ ਇਹਨਾਂ ਦੇ ਸੈਕਟਰੀਆਂ ਨੇ ਜਿੱਦੇ ਇਹਨਾਂ ਦੇ ਡ ਬਾਬਲ ਖਿਚਾ ਕੇ ਕੋਈ ਸੈਮੀਨਾਰ ਕਰਕੇ ਗੱਲ ਕਰਨੀ ਆ ਇਹ ਆਪਦਾ ਪੱਖ ਰੱਖਦੇ ਨਾ ਅਸੀਂ ਆਪਦਾ ਰੱਖਾਂਗੇ ਦੇਖ ਦਾਂਗੇ ਫਿਰ ਕਿਹੜਾ ਕਹਨੇ ਕੁੰਡੀਆਂ ਦੇ ਸਿੰਘ ਫਸ ਗਏ ਮਿੱਤਰੂ ਬਲੇ ਮੈਂ ਖਾਣ ਇਹ ਤੇ ਖਾਣਾ ਰੱਖਣਾ ਇਹ ਲੋਕਾਂ ਨੂੰ ਤਾਂ ਖਾਣੀ ਦੇ ਸਕਦੇ ਇਹ ਇਹੋ ਜਿਹੇ ਲੋਕਾਂ ਵਾਸਤੇ ਬਾਬੇ ਨੇ ਕਿਹਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਤੇ ਉਹ ਕੱਛੇ ਰੋਗ ਨੇ ਜਿਨ੍ਹਾਂ ਦੇ ਮਨ ਚ ਹੋਰ ਹੈ ਮੂਹ ਚ ਹੋਰ ਹੈ ਮਨ ਚ ਕੀ ਹੈ ਪੈਸਾ ਮੂਹ ਚ ਕੀ ਹੈ ਨਹੀਂ ਜੀ ਪ੍ਰਾਈਵੇਟ ਕਿਸੇ ਭੱਜੇ ਨਾ ਜਾਣ ਉਹ ਲਈ ਦੇ ਉਲਟ ਮੈਂ ਕਿਉਂ ਕਹਣਾ ਹੂੰ ਹੂੰ ਉਹ ਤਾਂ ਬਹੁਤ ਜ਼ਿਆਦਾ ਪ੍ਰਾਈਵੇਟ ਨੇ ਜੀ ਮੈਂ ਯੂਨੀਵਰਸਿਟੀ ਦਾ ਰਜਿਸਟਰਾਰ ਸੀ ਸਾਡੇ ਕੋਲ ਇਹੋ ਜਿਹਾ ਪ੍ਰਾਈਵੇਟ ਕੰਮ ਕਿਉਂਕਿ ਬਿੱਲ ਪਰਚੀ ਪਰ ਕੋ ਔਖਾ ਨਹੀਂ ਫਿਰ ਤਾਂ ਜੀ ਅਸੀਂ ਬੰਦ ਕਰ ਦਾਂਗੇ ਮੈਂ ਕਹਾਂ ਸਾਨੂੰ ਕਿਨੇ ਕਹੇ ਸੀ ਵੀ ਖੋਲ ਰੱਜੇ ਬੰਦ ਹੂੰ ਇੱਕ ਛੋਟੀ ਜੀ ਲਾਈਨ ਟੋਲਰੈਂਸ ਕਿੰਨੇ ਹੁੰਦੀਆਂ ਨੇ ਸਰਕਾਰਾਂ ਮੇਰੇ ਯੂਨੀਵਰਸਿਟੀ ਰਜਿਸਟਰਾਰ ਜਾਣ ਤੋਂ ਪਹਿਲਾਂ ਆਕਾਲੀ ਮੁੱਖ ਮੰਤਰੀ ਦੇ ਨੇੜੇ ਕਹਿਣ ਵਾਲੇ ਬੰਦਾਂ ਨੇ ਇੱਕ ਤਰਨਤਾਰਨ ਚ ਇੱਕ ਸੰਗਰੂਲ ਤੇ ਨਰਸਿੰਗ ਕਾਲਜ ਕੋਲ ਗਿਆ ਸੀ ਮੈਂ ਦੱਸਣਾ ਤਾਂ ਚਾਹਣਾ ਵੀ ਸਰਕਾਰ ਨੂੰ ਸਮਝ ਆ ਜਾਵੇ ਵੀ ਸਰਕਾਰਾਂ ਕਿਵੇਂ ਚੰਗੀਆਂ ਨੇ ਉਹਨਾਂ ਹਾਈ ਕੋਰਟ ਜੀ ਪਤਾ ਵੀ ਜਾਂਦਾ ਜੀ ਸਾਨੂੰ ਬੱਚਿਆਂ ਦੀ ਫੀਸ ਆਹੀ ਜਨਰਲ ਆ ਬੱਚਿਆਂ ਦੀ ਫੀਸ ਵਧਾਉਂਦਾ ਜਾਸਦੇ ਨੇ ਜਾਂ ਯੂਨੀਵਰਸਿਟੀ ਆਪ ਦੇ ਫੀਸ ਘਟਾਵੇ ਸਾਡਾ ਤਾਂ ਕੰਮ ਨਹੀਂ ਚੱਲਦਾ ਹਾਈ ਕੋਰਟ ਨੇ ਮਾਨਯੋਗ ਨੇ ਹੁਕਮ ਦਿੱਤਾ ਕਿ 3 ਮਹੀਨਿਆਂ ਚ ਇਹਦਾ ਫੈਸਲਾ ਕਰੋ ਇਹ ਨਹੀਂ ਜਿੱਤੀ ਆ ਜਦ ਮੈਂ ਜੁਆਇਨ ਕਰਿਆ ਦੂਜੇ ਦਿਨ ਸ਼ਾਇਦ ਸ਼ਾਮ ਨੂੰ 4-5 ਵਜੇ ਉਹ ਜਿਹੜਾ ਐਗਜ਼ੀਕਟਿਵ ਆਫੀਸ ਸੀ ਉਹ ਬਣਾ ਕੇ ਦਾਇਆ ਆ ਬੰਬਾਸ ਸਾਰਾ ਕਾਰਗਿਮ ਹੁੰਦਾ ਉਹ ਬੰਡੀ ਲੰਬੀ ਕਿੱਲੇ ਭਰਦੀ ਰਹਾੜ ਵਰਮੀ ਹੁੰਦੀ ਆ ਮੈਨੂੰ ਪੜਿਆ ਮੈਂ ਕਿਹਾ ਇਹ ਤਾਂ ਤੂੰ ਫਿਰ ਨਾਲਿਆ ਹੋਇਆ ਨਾਲ ਇਹ ਤਾਂ ਕੇਸ ਜਿਤਾਉਣਾ ਚਾਹਣਾ ਹੈ ਬੰਕਾ ਜੀ ਦੂਜੇ ਦਿਨ ਹੋਇਆ ਸੀ ਨਹੀਂ ਨਹੀਂ ਸਕਦਾ ਦੇਖਿਆ ਮੈਂ ਕਿਹਾ ਇਹ ਚੌਣਨ ਚੁਣੌਤੀ ਦਿੱਤੀ ਹੈ ਬੇਨਾਂ ਦਾ ਨਿਯਮ ਗਲਤ ਹੈ ਤੂੰ ਕਹੀਦਾ ਨਾ ਸਾਡਾ ਨਿਯਮ ਹੈ ਜਦ ਕਿਸੇ ਬੰਦੇ ਨੇ ਇਹ ਚੁਣੌਤੀ ਦਿੱਤੀ ਕਿ ਤੁਹਾਡਾ ਨਿਯਮ ਗਲਤ ਹੈ ਉਹਨੂੰ ਸਾਫ਼ ਕਰਨਾ ਪੁਰਦਕਾਂ ਦੇ ਵਿੱਚ ਤੇ ਕਚਹਿਰੀ ਚ ਕਿ ਨਹੀਂ ਨਿਜਮ ਠੀਕ ਹੈ ਤੂੰ ਦੰਦ ਕਹਿ ਰਿਹਾ ਇਹ ਤਾਂ ਤੂੰ ਕਹੀ ਨਹੀਂ ਤੂੰ ਤਾਂ ਕਹਿ ਗਿਆ ਸਾਡਾ ਨਿਜਮ ਹੈ ਉਹ ਸਿੱਧਾ ਕੋਲੋਂ ਉਤਰਾ ਗਿਆ ਸਰਕਾਰਾਂ ਇਹ ਕੰਮ ਕਰਦੀਆਂ ਨਹੀਂ ਦਖਾਉਂਦਾ ਸਮੂਹ ਤੇ ਉਹ ਫਿਰ ਮੈਂ ਮੈਂ ਖਾਖਣ ਮੈਂ ਦਿਖਾਉਣਾ ਮੈਂ ਦਿਖਾਤਾ ਵੀ ਮੈਂ ਇਸ ਗੱਲ 'ਚ ਨਹੀਂ ਜਾਂਦਾ ਕਿ ਇਹਨਾਂ ਨੂੰ ਇਹ ਫੀਸ ਦਾ ਪਹਿਲਾਂ ਹੀ ਪਤਾ ਸੀ ਮੈਂ ਇਸ ਗੱਲ 'ਚ ਵੀ ਨਹੀਂ ਜਾਂਦਾ ਕਿ ਇਹਨਾਂ ਨੇ ਸਰਕਾਰ ਤੋਂ ਉਤਰਾਗ ਹਿੰਤਾਬ ਦੀ ਮਰਜ਼ੀ ਨਾਲ ਲਿਆ ਮੈਂ ਇਸ ਗੱਲ 'ਚ ਵੀ ਨਹੀਂ ਜਾਂਦਾ ਇਹਨਾਂ ਨੇ ਯੂਨੀਵਰਸਿਟੀ ਨੂੰ ਅਫੀਲੇਸ਼ਨ ਵਾਸਤੇ ਆਪਣੀ ਮਰਜ਼ੀ ਨਾਲ ਅਰਜ਼ੀ ਦਿੱਤੀ ਆ ਇਹਨਾਂ ਫੀਸਾਂ ਦੇ ਹੁੰਦੇ ਹੋਏ ਮੈਂ ਸਿਰਫ ਇਹ ਸਕੇ ਜਾਣਨਾ ਵੇ ਇਹ ਇੰਨਾ ਪੈਸਾ ਕਮਾਉਣਗੇ ਸੁਪਰੀਮ ਕੋਰਟ ਕਹਿੰਦੀ ਹੈ 15% ਮੁਨਾਫਾ ਹੋਣਾ ਚਾਹੀਦਾ ਨੂੰ 30% ਉਹ ਜਿਹੜੀਆਂ ਹੁਣ ਫੀਸਾਂ ਨੇ ਠੀਕ ਹੈ ਜੀ ਕਿ ਪਰ ਕਿਉਂਕਿ ਇਹਨਾਂ ਨੂੰ ਉਤਰਾਜ ਹੈ ਮੈਂ ਤਾਂ ਕਹਿੰਦਾ ਡਾਂਟ ਤੇ ਡਰ ਗੰਦੀ ਵਾਣੇ ਨੂੰ ਡਾਕਨ ਨਮ ਚਾਲ ਮਰ ਉਚਾਲ ਮਰ ਉਚਾਲ ਮਰ ਉਛਤੋ ਨਾ ਪੱਤੇ ਐਨਾ ਕਰੀ ਨਾ ਪੱਤੇ ਐਨਾ ਕਰੀ ਉਹ ਇੱਕ ਜੱਟ ਨੰਗਾ ਜਾਂਦੇ ਕਹਿੰਦਾ ਕੀ ਕਰੂਗੀ ਲਾਲਾ ਜੀ ਇਹਨਾਂ ਮੁੰਡਾ ਚਤ ਤੋਂ ਸਾਲ ਮਾਰਦਾ ਬੜਾ ਔਖਾ ਮੈਂ ਕਹਿੰਦਾ ਕੋਈ ਨਹੀਂ ਮੈਂ ਚੁੱਪ ਕਰਾਉਣਾ ਉਹ ਗਿਆ ਉਹਨੂੰ ਚੁੱਕਿਆ ਮੁੰਡੇ ਨੂੰ ਉਹ ਕਹਿੰਦਾ ਕੀ ਗੱਲ ਕਹਿੰਦਾ ਸੁਲਕਾ ਨੂੰ ਛੱਡ ਬਾਰੇ ਜਾਂਦੇ ਕੋਈ ਸ਼ਰ ਨਹੀਂ 10 ਸਾਲ ਸੀਦਾ ਨਾ ਨਾੜਾ ਕਨ ਮਾ ਬਾਪ ਨੂੰ ਟੋਲਦਾ ਸੀ ਸੱਟੀਆਂ ਮੁੱਟੀਆਂ ਹੀ ਗੱਲ ਹੋਈ ਮੈਂ ਬਿਸਤਰ ਥੰਨੇ ਨਾਸ ਨਹੀਂ ਨਾ ਵੀ ਪਾਰੇ ਇਹਨਾਂ ਨੂੰ ਮਨਜ਼ੂਰ ਨਹੀਂ ਸੀ ਸਾ ਇਸ ਕਰਕੇ ਇਹਨਾਂ ਦਾ ਦਾਖਲਾ ਬੰਦ ਕੀਤਾ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਖਰਾਬ ਨਾ ਕਰੇ ਹੂੰ ਉਹ ਨਾਲ ਦੀ ਨਾਲ ਐਗਜ਼ੈਕਟਿਵ ਅਫਸਰ ਨੂੰ ਕਹਿੰਨਾ ਸਾਰੇ ਜਿਹੜੇ ਹੁਣ ਤੱਕ ਜਿਉਣਗੇ ਮੈਂ ਹੁਣ ਤੂੰ ਦੱਸੇਗਾ ਤਾਂ ਫੋਨ ਕਰਕੇ ਮੈਂ ਦੇਖੇ ਵਿਚਾਲਾ ਨਹੀਂ ਰਖਦਾ ਮੈਂ ਆਪ ਦੂਜੇ ਦਿਨ ਆਪਦੇ ਅਸਰ ਨੂੰ ਕਹਿ ਰਿਹਾ ਵੀ ਤੂੰ ਦੱਸੇਗਾ ਫੋਨ ਕਰਕੇ ਹੂੰ ਹੂੰ ਉਹ ਚਲਦਾ ਕਿ ਕਿ ਮੈਂ ਤਾਂ ਕਹਿੰਨਾ ਇਹੀ ਦਾਖਲਿਆਂ ਦਾ ਸਵਾਲ ਸੀ ਫੀਸਾਂ ਦਾ ਸਵਾਲ ਸੀ ਇਹ ਜਾਣ ਬੁੱਝ ਕੇ ਕਰਿਆ ਗਿਆ ਇਹ ਬਿਨਾ ਮਿਲੇ ਨਹੀਂ ਹੋ ਸਕਦਾ ਹੁਣ ਮੈਂ ਦੂਜੀ ਉਧਾਰ ਹੁੰਦਾ ਮੇਰੇ ਵਿੱਚ ਫਿਰ ਮੈਂ ਸੁਪਰੀਮ ਕੋਰਟ ਤੇ ਹਾਂ ਨਾ ਵੀ ਜਿਹੜਾ ਇਹ ਕਹਿੰਦੇ ਨਹੀਂ ਜੀ ਅਸੀਂ ਤਾਂ ਬੜਾ ਰੱਖਦੇ ਆ ਆਹ ਫੀਸਾਂ ਦਾ ਚਾਚਾ ਮੇਰੇ ਕੋਲ ਇਹਨਾਂ ਦੇ ਸਰਕਾਰੀ ਕਾਗਜ਼ਾਂ ਦੀ ਫੀਸ ਦੇਖ ਲਓ ਆਹ ਬਾਕੀ ਸਟੇਟਾਂ ਦੇ ਸਰਕਾਰੀ ਸਾਡੇ 36000 ਹੈ ਇਹਨਾਂ ਦੀ 3.5 ਲੱਖ ਸਵਾ 2 ਲੱਖ 20 ਹੈ ਪੰਜਾਬ ਸਰਕਾਰ ਦੀ ਸਰਕਾਰੀ ਕਾਗਜ਼ ਦੀ ਬਾਕੀ 36000 65000 ਮਹਾਰਾਸ਼ਟਰ ਦੇ ਰਾਜਸਥਾਨ ਦੇ ਕਾਗਜ਼ ਲੈ ਰਹੇ ਨੇ ਆਰਜ਼ੀਆਂ ਦੀ ਕਿਉਂ ਵਧਾਈ ਹੈ ਕਿਉਂਕਿ ਪ੍ਰਾਈਵੇਟਾਂ ਨੂੰ ਦੇਣੇ ਨੇ ਪੈਸੇ ਇਹ ਜਿਹੜਾ ਤੌਰ ਤਰੀਕਾ ਇਹਨਾਂ ਦਾ ਜੀਣ ਬਿਤੇ ਜਾਣ ਬੁਝ ਕੇ ਪਾ ਕੇ ਇਹ ਲੋਕਾਂ ਨੂੰ ਖਰਾਬ ਕਰਦੇ ਨੇ ਲੋਕਾਂ ਨੂੰ ਗੁੱਸਾ ਕਰਾਉਂਦੇ ਨੇ ਇਹ ਰੜੇ ਹੋਏ ਨੇ ਇਹ ਲੜੇ ਹੋਏ ਨੇ ਇਸ ਗੱਲ ਦੇ ਵਿੱਚ ਹੋਰ ਦੂਜੀ ਗੱਲ ਦਰਦਾ ਇਸ ਦਾਖਲਨਾ ਆ ਆ ਦੇਖਣਾ ਹੋਣਾ ਆ ਦੇਖੋ ਆ ਚਿੱਠੀ ਸਾਡੇ ਦਰਸ਼ਕ ਦੇਖ ਸਕਦੇ ਨੇ ਮੈਂ ਇਹ ਸੂਚਨਾਦਕ ਆਰੇ ਕਾਨੂੰਨ ਥੱਲੇ ਲਿਖਿਆ ਆਹੀ 275 ਸੀਟਾਂ ਬਾਰੇ ਵੀ ਦੱਸੋ ਤੁਸੀਂ ਇਹ ਵੰਡ ਕਿਵੇਂ ਕਰੀਆ ਇਹ ਦਾ ਲਿਖ ਕੇ ਆ ਗਿਆ ਕਿ ਸਾਨੂੰ ਪਹਿਲਾਂ ਕਿਸੇ ਹੋਰ ਤੋਂ ਪੁਆਇਸੀ ਨਾ ਸਾਨੂੰ ਪਹਿਲਾਂ ਲਿਖ ਕੇ ਭੇਜੋ ਕਿਹੜੇ ਸਾਲ ਦੀ ਗੱਲ ਕਰਦੇ ਹੋ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ ਜਾਣ ਬੁਝ ਕੇ ਨਾ ਕਰੀਐ ਮੈਂ ਲਿਖਿਆ ਹੈਵ ਬੀਨ ਅਲੋਕੇਟਡ ਹੈ ਬੀਨ ਦਾ ਮਤਲਬ ਹੈ ਹੀ ਨਹੀਂ ਉਦੋਂ ਪਹਿਲੇ ਸਾਲ ਐ ਮਿਨਿਮਲ ਕਾਜ ਹੈਵ ਬੀਨ ਅਲੋਕੇਟਡ ਦੀ 30 ਦੈਟ ਲੇਜ਼ੀ ਰੂਲਸ ਹੂੰ ਪ੍ਰੈਜ਼ੈਂਟ ਟੈਂਸ ਚ ਲਿਖਿਆ ਹੈ ਜਿਹੜਾ ਛੇਵੇਂ ਸੱਤਵੇਂ ਚ ਪੜਾਇਆ ਜਾਂਦਾ ਸੀ ਸਾਨੂੰ ਅੱਠਵੇਂ ਚੱਕ ਵੀ ਪ੍ਰੈਜ਼ੈਂਟ ਟੈਂਸ ਦਾ ਮਤਲਬ ਕੀ ਹੈ ਉਹਨੇ ਆਪਿਆ ਰਾ ਮੈਂ ਮਾਰਕ ਕਰੇ ਹੋਈ ਨਹੀਂ ਔਰ ਇਹਨਾਂ ਦਾ ਡਾਇਰੈਕਟਰ ਕਿਉਂਕਿ ਸਾਰੇ ਨਰੇ ਹੋਏ ਨਹੀਂ ਇਹ ਪੈਸੇ ਖਾਂਦੇ ਨੇ ਇਹ ਠੱਗੀਆਂ ਕਰਦੇ ਨੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਮੈਨੂੰ ਕਹਿੰਦੇ ਕੋਈ ਚਿੰਤਾ ਨਹੀਂ ਜਿੱਦਾਂ ਮਰਜੀ ਦਾ ਆਵੇ ਰੈਕੋਰਡ ਲੇਟ ਨਾ ਆਵੇ ਵੀ ਉਹ ਕਿ ਮੈਂ ਰਜ਼ਰਵੇਸ਼ਨ ਕਰਦਾ ਫਿਰ ਮੈਂ ਰੂਲ ਕਰਦਾ ਫਿਰ ਮੈਂ ਪ੍ਰੋਮੋਸ਼ਨ ਕਰਦਾ ਪਰ ਇੱਟ ਇੱਟ ਚਾਹ ਖੇ ਨੇ ਇੱਕ ਵਾਰੀ 5000 ਦੇ ਇਹਨਾਂ ਨੂੰ ਜੁਰਮਾਨਾ ਹੋਇਆ ਸੀ ਆਰਟੀਆਈ ਚ ਇਹ ਫੇਰ ਨਹੀਂ ਬਾਜ਼ ਆਉਂਦੇ ਆ ਦੱਸੋ ਵੀ ਸਾਧੂ ਜੀ ਨਾ ਸਾਹ ਲਿਖੇ ਤੇ ਜੋ ਕੋ ਨੂੰ ਪੁੱਛੋ ਜਦ ਹੈ ਬੀਨ ਲਿਖਿਆ ਮਤਲਬ ਆਹੀ ਸਾਲ ਹੈ ਪ੍ਰੈਜ਼ੈਂਟ ਟੈਂਸ ਲਿਖਿਆ ਹੋਇਆ ਹੈ ਹੁਣ ਇਹ ਤਾਂ ਹੈ ਨਹੀਂ ਵੀ ਉਹ ਡਾਇਰੈਕਟਰ ਸਿਆਣਾ ਵੀ ਆ ਵੀ ਉਹਨਾਂ ਨੂੰ ਇਹ ਨਾ ਪਤਾ ਹੋਵੇ ਇਹ ਪ੍ਰੈਜ਼ੈਂਟ ਟੈਂਸ ਚ ਪਰ ਕਿਉਂਕਿ ਸੂਚਨਾ ਨਹੀਂ ਦੇਣੀ ਕਪੜਾ ਰੱਖਣਾ ਇਸ ਕਰਕੇ ਆ ਚਿੱਠੀ ਲਿਖੋ ਵਾਪੇ ਕਿਹੜਾ ਉਹ ਫਾਉਂਡਾ ਚਿੱਠੀ ਕਿਹੜਾ ਦੇਊਗਾ ਜਵਾਬ ਆ ਪੰਜ ਕਿਵੇਂ ਨਾ ਫੇਰ ਮੈਂ ਹੁਣ ਕਹਿਣਾ ਦੁਬਾਰਾ ਇਹ ਮੈਂ ਲਿਖੂਗਾ ਜਵਾਬ ਉਹ ਬੰਦੇ ਨੂੰ ਜਿਹਨੇ ਲਿਖਿਆ ਜਿਹਨੂੰ ਮੈਂ ਕਿਹਾ ਸੀ ਵੀ ਚਿੱਠੀ ਪਾ ਦੇ ਉਹਨੂੰ ਮੈਂ ਜਵਾਬ ਭੇਜੂਗਾ ਇਸ ਦਾ ਕੋਈ ਇਹਨੂੰ ਚਿੱਠੀ ਲਿਖੂਗਾ ਇਹ ਫੇਰ ਜਵਾਬ ਨਹੀਂ ਦੇਣਗੇ ਫੇਰ ਇਹ ਉਲਟਾ ਸਲਟਾ ਕਰਨਗੇ ਫੇਰ ਅਸੀਂ ਸੂਚਨਾ ਕਮਿਸ਼ਨ 'ਚ ਜਾਵਾਂਗੇ ਪਰ ਦੁਕਾਨ ਤੇ ਇਹ ਆਇਆ ਸੂਚਨਾ ਕਮਿਸ਼ਨ ਵੀ ਭਗਵੰਤ ਮਾਨ ਸਰਕਾਰ ਨੇ ਖਾਲੀ ਕਰ ਛੱਡਿਆ 8-8 ਮਹੀਨੇ 60 ਸਾਲ ਉੱਤੇ ਸੁਣਵਾਈ ਨਹੀਂ ਹੋ ਸਕਦੀ ਕਿਉਂਕਿ ਬੰਦੀ ਨਹੀਂ ਲਾਇ ਆਹੋਨ ਇੱਕ ਲਾ ਕੇ ਰੱਖਦੇ ਸੋ ਇਸ ਕਰਕੇ ਇਹਨਾਂ ਨੇ ਸੂਚਨਾ ਦੇਂਦਾ ਸੂਚਨਾ ਦੇਣ ਦਾ ਇਹ ਸਰਕਾਰ ਨੇ ਝੂਠ ਆ ਕੇ ਜਿੰਨਾ ਇੱਥੇ ਭੱਠਾ ਠਾਇਆ ਆ ਆਪਾ ਧਾਪੀ ਦਾ ਜਿੰਨਾ ਇਹਨਾਂ ਨੇ ਰਾਜ ਸ਼ੁਰੂ ਕਰਿਆ ਇਨਾ ਕਿਸੇ ਵੀ ਸਰਕਾਰ ਨੇ ਨਹੀਂ ਕਰਿਆ ਸੀ ਜਿਹੜੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਨਰਸਿੰਘ ਕਾਲ ਜਾਂਦੀ ਉਹ ਵੱਡੇ ਸਿਆਸਦਾਨ ਜਿਹੜੇ ਉਸ ਵਕਤ ਮੁੱਖ ਮੰਤਰੀ ਸੀਗੇ ਉਹਨਾਂ ਦੇ ਨੇੜੇ ਸੀਗੇ ਮੈਨੂੰ ਨਹੀਂ ਕਦੇ ਫੋਨ ਆਇਆ ਵੀ ਡਾਕਟਰ ਸਾਹਿਬ ਜੀ ਤੁਸੀਂ ਕੀ ਬਹਿਤ ਹੂੰ ਇਹ ਤਾਂ ਇਹ ਉਹ ਤੁਹਾਨੂੰ ਦਿਖੇ ਨਾ ਕਰੀਏ ਇੱਥੇ ਵੀਡੀਓ ਕਰਨ ਦੇ ਉੱਤੇ ਮੰਤਰੀ ਉਹਨਾਂ ਪਰਾਜਾ attendants ਆਉਂਕਾ ਇਹ ਤਾਂ ਪਤਾ ਲੱਗਦਾ ਹੈ ਵੀ ਇੰਨਾ ਦੇ ਇਰਾਦੇ ਹੋਰ ਨੇ ਇਹ ਕੁਝ ਹੋਰ ਕਰਨਾ ਚਾਹੁੰਦੇ ਨੇ ਤਖਤ ਬਹਿ ਤਖਤੇ ਕੀ layak ਇਹ ਤਖਤ ਦੇ layak ਨਹੀਂ ਹੈਗੇ ਮੈਨੂੰ ਕਹੇਂ ਵਿੱਚ ਕੋਈ ਝਿਜਕ ਨਹੀਂ ਤਖਤ ਦੇ layak ਕੌਣ ਹੁੰਦਾ ਹੈ ਜਿਹੜਾ ਇਨਸਾਫ ਕਰੇ ਜਿਹੜਾ ਨਿਯਮ ਕਾਨੂੰਨ ਅਨੁਸਾਰ ਸਰਕਾਰ ਚਲਾਵੇ ਜਿਹੜਾ ਮਨਮਰਜ਼ੀ ਨਾ ਕਰੇ ਜਿਹਦੇ ਵਿੱਚ ਹਲੇਮੀ ਹੋਵੇ ਕਿਉਂਕਿ ਬਾਬੇ ਨੇ ਕਿਹਾ ਹੁਣ ਹੁਕਮ ਹੋਆ ਰੰਜਾਨ ਦਾ ਕੋਈ ਨਾ ਕਿਸੇ ਹਾਂ ਇਹ ਹੁਕਮ ਹੋਆ ਮਹਰਬਾਨ ਦਾ ਕੋਈ ਨਾ ਕਿਸੇ ਰੰਜਾਨ ਦਾ ਇਹ ਹੋਆ ਹਲੇਮੀ ਰਾਜ ਜਿਓ ਇਹ ਹਲੇਮੀ ਰਾਜ ਕਰਨਾ ਹੁੰਦਾ ਹੈ ਪਰ ਇਹ ਤਾਂ ਲਮੀ ਰਾਜ ਕਰਦੇ ਨੇ ਇਹ ਤਾਂ ਹੰਕਾਰ ਚ ਕਰਦੇ ਨੇ ਸੋ ਇਸ ਕਰਕੇ ਦੂਜਾ ਇਹ ਹੈ ਤੀਜਾ ਇਹ ਹੁੰਦਾ ਹੈ ਬੇ ਇਨਸਾਫ ਕਰੋ ਸੀ ਕਿਨਾਰਾ ਦਿੰਦੇ ਸੀ ਰਾਜ ਕਰਨ ਦਾ ਹੱਕ ਨਾ ਕੋਈ ਜੇ ਪਰ ਜਾ ਕੁਛ ਹਾਲ ਨਾ ਹੋਈ ਇਹਨਾਂ ਰਾਜ ਕਰਨ ਦਾ ਕਿਥੋਂ ਹੱਕ ਉਹ ਮਿਲ ਗਿਆ ਸਮਝਣ ਨੂੰ ਤਾਂ ਦੁਖੀ ਕਰਦੇ ਨੇ ਤੇ ਬਾਬੇ ਨੇ ਕਿਹਾ ਰਾਜ ਸੀ ਮਕਦਮ ਕੁੱਤੇ ਜਾਏ ਜਗਾਂਏ ਨਾ ਬ੍ਰੇਕ ਤੇ ਹੀ ਸੁੱਕੇ ਭਾਈ ਗੁਰਦਾਸ ਨੇ ਕਿਹਾ ਪਤਾ ਰਾਜ ਬਹਾਲੀ ਆ ਫਿਲ ਚੱਕੀ ਚੱਕਾ ਇਹ ਐਵੇਂ ਨਹੀਂ ਕੀਆ ਗੱਲਣਾ ਇਹ ਐ ਨਹੀਂ ਵੀ ਇਹਨਾਂ ਨੂੰ ਕੋਈ ਕਿਹਾ ਇਹਦਾ ਮਤਲਬ ਇਹ ਹੈ ਕਿ ਜਿਹੜੇ ਬੰਦੇ ਕਾਬਲ ਨਹੀਂ ਹੁੰਦੇ ਜੀ ਜਦੋਂ ਤਾਕਤ ਤੇ ਕਾਮਜ ਹੋ ਜਾਂਦੇ ਨੇ ਉਦੋਂ ਕਹਿ ਕਾਫਰੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਨਾ ਤਾਂ ਸੂਤ ਪਤਾ ਹੁੰਦਾ ਨਾ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਵਿਰੋਧੀ ਇਹ ਗੱਲ ਕਿਵੇਂ ਸੁਣੀ ਦੀਆ ਨਾ ਉਹਨਾਂ ਨੂੰ ਪਤਾ ਹੁੰਦਾ ਨਿਜਮ ਕਿਵੇਂ ਲਾਗੂ ਕਰੇ ਆ ਜਿਹੜਾ ਭਾਈ ਗੁਰਦਾਸ ਜੀ ਇੱਕ ਰਾਗੀ ਨੇ ਇਹ ਸ਼ਬਦ ਗਾਤਾ ਸੀ ਤੇ ਉਹਨੂੰ ਹਟਾਤਾ ਸੀ ਸਰਕਾਰਾਂ ਇਹ ਜਿਹੀ ਹੁੰਦੀਆਂ ਨੇ ਉਹ ਸਰਕਾਰਾਂ ਇਹ ਨਹੀਂ ਸੀ ਉਹ ਸਰਕਾਰ ਕਾਦੀਆਂ ਦੀ ਸਰਕਾਰ ਸੀ ਉਹਨੂੰ ਵਿਚਾਰੇ ਨੂੰ ਉਥੋਂ ਦਰਮਾਦ ਸਾਹ ਚ ਕਰ ਰਿਹਾ ਵੀ ਤੂੰ ਇਹ ਸ਼ਬਦ ਕਿਵੇਂ ਗਾਤਾ ਹਨਾ ਕੀ ਤਪਾਈ ਗੁਰਦਾਸ ਅਸੀਂ ਫਿਰ ਤੁਸੀਂ ਭਾਈ ਗੁਰਦਾਸ ਸਿੰਘ ਬਾਰਾ ਕਿਉਂ ਕਰਦੇ ਹੋ ਜੇ ਭਾਈ ਗੁਰਦਾਸ ਨੇ ਲਿਖਿਆ ਹੈ ਹੈ ਕਹਿੰਦੇ ਸੌ ਸਾਬਣ ਕੋਲੇ ਨੂੰ ਲਾਈਏ ਅੰਤ ਕਾਲੇ ਦਾ ਕਾਲਾ ਇਹ ਲਿਖਿਆ ਮੂਰਖ ਨੂੰ ਕੀ ਪੰਤ ਨਸੀਹ ਤਪਖਰ ਨੂੰ ਕੀ ਪਾਲਾ ਸੋ ਸਾਬਣ ਕੂੜੇ ਨੂੰ ਲਾਈਏ ਅੰਤ ਕਾਲੇ ਦਾ ਕਾਲਾ ਇਹ ਲਿਖੇ ਕਿਉਂ ਨੇ ਜੇ ਅਸੀਂ ਕੋਟ ਹੀ ਨਹੀਂ ਕਰਨੇ ਇਹ ਲਿਖੇ ਕਿਉਂ ਨੇ ਸੋ ਇਸ ਕਰਕੇ ਸਰਕਾਰ ਹੈ ਜਿਹੜੀ ਬਿਲਕੁਲ ਨਹੀਂ ਕਹਾਂਗਾ ਅੱਗੇ ਕਹਿੰਦੇ ਹੁੰਦੇ ਵੀ ਅੰਨੀ ਬੋਡੀ ਸਰਕਾਰ ਹੈ ਇੱਕ ਕੁੰਭ ਕਰਨ ਦਾ ਤੁਸੀਂ ਸੁਣੀ ਹੋ ਕਹਾਣੀ ਕੁੰਭ ਕਰਨ ਦੇ ਕਹਿੰਦੇ ਕੰਨਾਂ 'ਚ ਵੜ ਕੇ ਢੋਲ ਵਜਾਉਂਦੇ ਸੀ ਤਾਂ ਜਾਗਦਾ ਸੀ ਸੋ ਸੁੱਕੀਆਂ ਸਰਕਾਰਾਂ ਦੇ ਕੰਨਾਂ 'ਚ ਵੜ ਕੇ ਢੋਲ ਵਜਾਣੇ ਪੈਣਗੇ ਤਾਂ ਇਹ ਜਾਗਣਗੇ ਤੇ ਇਹੀ ਗੱਲ ਰਾਜੇ ਸੀ ਮੁਕਦਮ ਕੋਤੇ ਜਾਏ ਜਗਾਇਨ ਬੈਠੇ ਸੁਤੇ ਜਾਏ ਜਗਾਇਨ ਬੈਠੇ ਸੁਤੇ ਉਹ ਇਹੀ ਕਹੇ ਬਾਬੇ ਨੇ ਬੇਨਕ ਜਗਾਉਣਾ ਪਏਗਾ ਤੇ ਆਖਰੀ ਗੱਲ ਅੱਜ ਜੋ ਰਾਗਿਆ ਇਹ ਜੋ ਬੱਚਿਆਂ ਦਾ ਨੁਕਸਾਨ ਹੋ ਰਿਹਾ ਇਹ ਕੰਨੇ ਬੱਚਿਆਂ ਦਾ ਨਹੀਂ ਹੂੰ ਇਹ ਤਾਂ ਦੇਖਾਂ ਨਾ ਰੱਖੀਏ ਲੋਕਾਂ ਦੇ ਸੇ ਸਵਾਵਾਂ ਦਾ ਕਿਉਂਕਿ ਜਿਹਨੂੰ ਆਉਂਦਾ ਹੀ ਕੁਝ ਨਹੀਂ ਪਹਿਲਾਂ ਤਾਂ ਕੇਂਦਰ ਨੇ ਕਰਿਆ ਬੁੱਢੀ ਨਹੀਂ ਇਹ ਨਹੀਂ ਬਲੇ ਤੇਰੀ ਕਿਹਨ ਕਿਹੜਾ ਧਾਕੜੇ ਹੋ ਰਹੇ ਨੇ 20 ਲੱਖ ਬੱਚੇ ਦਾ ਧਿਆਨ ਹੋਇਆ ਸੀ ਪੇਪਰ ਲੀਕ ਹੋਇਆ ਰੋਲਾ ਪਿਆ ਸੱਗੀਆਂ ਬੱਝੀਆਂ ਸੁਪਰੀਮ ਕੋਰਟ ਨੇ ਬਹੁਤ ਕੁਛ ਨਹੀਂ ਕਰਿਆ ਉਹਦੇ ਚ 1500 ਬੱਚੇ ਦਾ ਦਬਾਰਾ ਨੇ ਧਿਆਨ ਦੇ ਲਿਆ ਇਹਨਾਂ ਨੇ ਇਹ ਦੱਸਣੀ ਵੀ ਕਿਵੇਂ ਆ ਗਏ ਇੰਨੇ ਇੰਨੇ ਨੰਬਰ ਕਿਵੇਂ ਆ ਗਏ ਉਹ ਬੱਚੇ ਫਸਟ ਨਹੀਂ ਦੱਸਿਆ ਇਹ ਬੁੱਢੀ ਨਹੀਂ ਅਮਨ ਲੇਡੀ ਸੁਪਰ ਬੁੱਢੀ ਹੈ ਇਹ ਬੁੱਢੇ ਨਹੀਂ ਵੀ ਤੁਸੀਂ ਵੀ ਕਰੀ ਜਾਣੋ ਵੀ ਤੁਸੀਂ ਪਸਤੇ ਪਿੱਛੇ ਨੂੰ ਹਿਆਪ ਦੇ ਆਪੇ ਦਰਵਾਗੇ ਇਹ ਬੁੱਢੇ ਨਹੀਂ ਇਹ ਬੁੱਢੇ ਨਹੀਂ ਜਿਹੋ ਜਿਹੋ ਮੈਡੀਕਲ ਸਿਲੇਬਸ ਲਾਉਂਦੇ ਨੇ ਇਹ ਬੁੱਢੇ ਨਹੀਂ ਕਿ ਤੁਸੀਂ ਮੈਡੀਕਲ ਚ ਸਿਲੇਬਸ ਸਾਜੋ ਸਮਾਨ ਮੈਡੀਕਲ ਕਾਗਜ਼ਾਂ ਚੀ ਹੋਊਗਾ ਤੁਸੀਂ ਚਾਹ ਕਰ ਲਿਓ ਐਸਾ ਤੁਸੀਂ ਦਿੰਦੇ ਨਹੀਂ ਦਾ ਪੈਸੇ ਵੀ ਲਿਆ ਕਰੋ ਇਹ ਵਰਦਈ ਨਹੀਂ ਕਿਉਂ ਕਿ ਜबान ਨਹੀਂ ਹੈ ਮੂੰਹ 'ਚ ਇਹ ਸਿਰਫ ਆਪਣੇ ਵਿਰੋਧੀਆਂ ਨੂੰ ਇੱਥੇ ਇੱਥੇ ਜਿਹੜੇ ਬੋਲਣ ਵਾਲੇ ਉਹਨਾਂ ਦੀ ਜबानबंदी ਵਾਸਤੇ ਕੰਮ ਕਰ ਸਕਦੇ ਨੇ ਇਹ ਜਿਹੜੀ ਜਿਹਨੂੰ ਆਪਾਂ ਪੰਜਾਬੀ ਜਿਹੜਾ ਹੱਡ ਤੇ ਮਾਰਨੀ ਕੇਂਦਰ ਦੇ ਹੱਡ ਤੇ ਮਾਰਨ ਕੇ ਨਾ ਹਿੰਮਤ ਨਹੀਂ ਹੈ ਗੱਲਾਂ ਜਿਨੀ ਮਰਜੀ ਕਹੀ ਜਾਣਾ ਅਦਾਲਤਾਂ ਜਾ ਰਹਿਣਗੇ ਰੌਲਾ ਪਾਣਗੇ ਪਰ ਆਖਰੀ ਗੱਲ ਜੋ ਮਾਨ ਜੋ ਸੁਪਰੀਮ ਕੋਰਟ ਨੇ ਕਿਹਾ ਜੀ ਜੋ ਤੁਸੀਂ ਬਿਆਨ ਕਰਤਾ ਫਰਾਡ ਚਾਚਾ ਤਾਏ ਮਾਮੇ ਮਾਸੀ ਵਿਚੇ ਲਿਖਿਆ ਸੀ ਸਾਹਮਣੇ ਕਹਿੰਦੇ ਤਿੰਨ ਤਿੰਨ ਗੁਣਾ ਨੰਬਰ ਲੈਣ ਵਾਲੇ ਬੱਚਿਆਂ ਨੂੰ ਤੁਸੀਂ ਛੱਡ ਰਹੇ ਹੋ ਤਾਂ ਕਿਹਾ ਸੀ ਆ ਵੀ ਹੈਵ ਟੂ ਪੁੱਟ ਅ ਲਿਡ ਔਨ ਦਿਸ ਐਨ ਆਰ ਆਈ ਬਿਜ਼ਨਸ ਇਹਨੂੰ ਪੱਕਾ ਬੰਦ ਕਰਨਾ ਪਏਗਾ ਜੇ ਮਾਂ ਜੋ ਜਸਟਿਸ ਜਸਟਿਸ ਪੰਡਰੀ ਵਾਲਾ ਤੇ ਖੋਟੀ ਜੱਜ ਸਾਹਮਣੋ ਚਾ ਮਨੋਜੀ ਕੋ ਜੀ ਇੱਕਦਮ ਵੱਡਾ ਤਿੰਨ ਜੱਜਾਂ ਦਾ ਬੈਂਚ ਸਰਕਾਰ ਨੂੰ ਇਹ ਕੁਝ ਕਹਿੰਦਾ ਹੈ ਸਰਕਾਰ ਨੂੰ ਨਮਸ਼ੀ ਹੋਣੀ ਚਾਹੀਦੀ ਹੈ ਸਕਨੂ ਭਰਾ ਵੀ ਨਮੂਸ਼ੀ ਨਹੀਂ ਹੂੰ ਕੰਦੇ ਦੋ ਪੰਨਿਆਂ ਦੋ ਵਿਸਰਕੀਆਂ ਇਹਨਾਂ ਨੂੰ ਪਤਾ ਹੀ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਹੁਣ ਜੇ ਭਾਈ ਤੁਹਾਨੂੰ ਇਹ ਗੱਲ ਦਾ ਫਰਕ ਹੀ ਨਹੀਂ ਪੈਂਦਾ ਮੈਂ ਬੇਨਤੀ ਕਰਾਂਗਾ ਮਨਵੀਰ ਜੀ ਜੇ ਮੈਨੂੰ ਸੱਚੇ ਮੁੱਚੀ ਜਿਹੜਾ ਜਮਈ ਟੁੱਪੇ ਜੋ ਤਿਆਲਾ ਮਰੀ ਜਾ ਮੇਰਾ ਉਹ ਮੇਰੇ ਕੋ ਕਸੂਰ ਵੀ ਨਾ ਹੋਵੇ ਹੋਵੇ ਸੀ ਹੱਕ ਗਿਆ ਹੋਵੇ ਵਿਚਾਲਾ ਜਾਂ ਕਿ ਤੂੰ ਹੋਰ ਕਿ ਆਇਆ ਹੋਵੇ ਜੋ ਮੈਨੂੰ ਕਹੇ ਦੱਸਾ ਫਿਰ ਮੈਨੂੰ ਜ਼ਹਿਰ ਹੀ ਦੇ ਦੋ ਜੇ ਮੇਰਾ ਇਲਾਜ ਹੀ ਨਹੀਂ ਕਰਨਾ ਜੇ ਹੋ ਜਾ ਮੈਂ ਚਾਹਣਾ ਤਮਨਿੰਦਰ ਸ਼ਰਮਾ ਆਈਗੀ ਜਦ ਵੀ ਉਹ ਆਈ ਕਿਉਂ ਕਹਿਣਾ ਪਿਆ ਇਹ ਕੋਈ ਮੇਰਾ ਬਰੁਧ ਨਹੀਂ ਚਾਹੀਨੀ ਇਹ ਕੋ ਮੈਨੂੰ ਮਾਰ ਨਹੀਂ ਸਕਦਾ ਨਾ ਇਹ ਮਾਰਨਾ ਚਾਹੁੰਦਾ ਜੇ ਇਹਦੇ ਮੂੰਹ ਚ ਇਹ ਗੱਲ ਆਈ ਹੈ ਕਿ ਮੈਨੂੰ ਜਹਰ ਹੀ ਦੇ ਦੋ ਅੱਜ ਜਿਹਨੇ ਮੈਨੂੰ ਕਿਹਾ ਮੈਨੂੰ ਜਹਰ ਹੀ ਦੇ ਦੋ ਕਿ ਸੱਤ ਕੱਲ ਨੂੰ ਪੁਦੀਨਾ ਖਾਣੇ ਵਿਚਾਰਾ ਨਹੀਂ ਤੇ ਇੰਨਾ ਨਰਾਸ਼ ਹੋ ਗਿਆ ਜਾਂ ਉਹ ਨਰਾਸ਼ ਹੋ ਗਿਆ ਹੈ ਚਾਹੇ ਉਹ ਕਸੂਰਵਾਰ ਵੀ ਹੈ ਚਾਹੇ ਮੇਰਾ ਕੋਈ ਕਸੂਰ ਨਹੀਂ ਪਰ ਕਹੇ ਤਾਂ ਮੈਨੂੰ ਹੈ ਨਾ ਉਹਨੇ ਤਾਂ ਮੇਰੀ ਝੂਠੀ ਬੰਦੇ ਉਹਨੂੰ ਕਹਿੰਦਾ ਬੈਠ ਬੈਠ ਕੋਈ ਤੂੰ ਦੱਸ ਕੀ ਜਾਂਦਾ ਇਹ ਸੁਣਨਾ ਸਾਡੀ ਡਿਊਟੀ ਹੈ ਇਹ ਮਾਈ ਬਾਤ ਤਾਂ ਲੋਕਾਂ ਨੇ ਬੰਦੇ ਫਿਰਦੇ ਨੇ ਪਰ ਕੰਮ ਕਰਦੇ ਨੇ ਫੁੱਲ ਕੇ ਸੋ ਇਹਸ ਕਰਕੇ ਇਹਨਾਂ ਨੇ ਜਿਹੜਾ ਕੰਮ ਜਿਹੜਾ ਰਾਜ ਚਲਾਉਣਾ ਹੁੰਦਾ ਹੈ 2 ਮਹੀਨਾ ਸੇ ਮੈਂ 180 ਵਾਲਾ ਉਹ ਨਹੀਂ ਚਲਾ ਰਹੇ ਇਹ ਕਹਿੰਦੇ ਨੇ ਇਹ ਸਾਡਾ ਇਹ মিডিਆ ਸਾਡਾ ਇਹ ਐਂਕਰ ਸਾਡਾ ਇਹ ਬੋਲਣ ਵਾਲਾ ਬੰਦਾ ਸਾਡਾ ਉਹ ਜੋ ਮਰਜ਼ੀ ਬੋਲਦੇ ਉਹ ਤਾਂ ਜੋ ਮੈਂ ਖੁੱਲਦਾ ਜੇ ਕੋਈ ਦੂਜਾ ਬੋਲਦਾ ਹੈ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਆਵਦੇ ਹੱਕਾਂ ਹਕੂਕਾਂ ਦੇ ਮੁਤਾਬਕ ਹੁਣ ਕਹਿੰਦੇ ਨੇ ਫੜਕੇ ਨੂੰ ਅੰਦਰ ਕਰੋ ਇਹ ਬੋੜਾ ਲੱਗਿਆ ਇਹਨੂੰ ਕਰੋ ਅੰਦਰ ਇਹਦੇ ਵਰਗਾ ਬੰਦਾ ਮਾੜਾ ਕੋਈ ਨਹੀਂ ਕਿਉਂ ਕਿ ਇਹਨਾਂ ਨੂੰ ਲੋਚਣਾ ਸੈਨ ਨਹੀਂ ਨਹੀਂ ਆਉਂਦੀ ਲੋਚਣਾ ਸਹੀ ਦੀ ਸਰਕਾਰ ਚ ਗੁਕਤ ਰੱਬ ਨੂੰ ਗਾਲਾਂ ਕੱਢੀ ਜਾਂਦੇ ਨੇ ਇਹ ਵੀ ਕੀ ਦੇ ਵਿਚਾਰੇ ਨੇ ਇਹ ਕਿਹੜੇ ਬਾਗਜੀ ਮੂਲੀ ਨੇ ਸੋਚ ਕਰਕੇ ਮੇਰੀ ਸਿਰਫ ਇੰਨੀ ਬੇਨਤੀ ਹੈ ਕਿ ਜਦ ਇਹ ਜਿਹੜੇ ਐਨ ਆਰ ਆਈ ਜਿਨ੍ਹਾਂ ਨੂੰ ਕੁਝ ਨਹੀਂ ਆਉਂਦਾ ਉਹ ਜਦ ਦਾਖਲ ਹੋ ਕੇ ਡਾਕਟਰ ਬਣ ਗਏ ਡਾਕਟਰ ਬਣਵਾਸੂ ਪੈਸੇ ਦੇਖੋ ਇੰਨਾ ਦੇਖੋ ਤਾਂ ਪਾਉਂਡ ਨੇ ਮੈਨੂੰ ਪਤਾ ਹੀ ਸੋਦੇ ਚੰਦੇ ਰਹੇ ਨੇ ਅਸੀਂ ਰੋਕੇ ਨੇ ਐਨ ਆਰ ਆਈ ਚ ਪਾਉਂਡ ਹੋ ਕੇ ਵੱਡੀਆਂ ਵੱਡੀਆਂ ਇਨਸਟਿਊਟ ਸ਼ੋ ਕਰ ਜਾਂਦੇ ਨੇ ਮੈਂ ਜਾਣ ਕੇ ਨਹੀਂ ਲੰਬਾ ਜਾ ਰਿਹਾ ਕਿਉਂਕਿ ਕੋਰਟ ਕੋਰਟ ਕੇਸ ਹੈ ਜੀ ਕਰੇ ਨੇ ਅਸੀਂ ਜਿੱਥੇ ਨੇ ਜਿੱਥੇ ਐਨ ਆਰ ਆਈ ਇਦਾਂ ਕਰਦੇ ਆ ਉਹ ਪਾਸ ਹੋ ਜਾਣਗੇ ਫਿਰ ਉਹ ਨੌਕਰੀਆਂ ਆਬ ਦੇ ਹਸਤਾਦੀ ਵੱਡੇ ਖੋਲ ਦੇਣਗੇ ਫਿਰ ਜੋ ਮਰਜ਼ੀ ਮਰੀਜ਼ਾਂ ਨਾਲ ਇੱਕ ਲਾਈਨ ਕਹਿ ਕੇ ਆਪਣੀ ਗੱਲ ਖਤਮ ਕਰਦਾ ਇਹਨਾਂ ਦੇ ਡਾਇਰੈਕਟਰ ਇਹਨਾਂ ਦੇ ਰਜਿਸਟਰ ਇਹਨਾਂ ਦੇ ਵਾਈਸ ਚਾਂਸਲ ਇਹਨਾਂ ਦੇ ਮੰਤਰੀ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਕਿ ਇਹ ਜਿਹੜੇ ਡਾਕਟਰ ਬਣਨਗੇ ਇਹ ਕਦੇ ਡਾਕਟਰ ਨਹੀਂ ਬਣਨੇ ਇਹਨਾਂ ਨੇ ਆਮ ਗਰੀਬ ਆਮ ਬੰਦਾ ਜਿਹਨੂੰ ਡਾਕਟਰੀ ਦਾ ਕੁਝ ਨਹੀਂ ਪਤਾ ਅਣਪੂਰ ਬੰਦਿਆਂ ਦਾ ਇਲਾਜ ਕਰਨਾ ਹੈ ਜੇ ਅਨਟ੍ਰੇਨ ਬੰਦੇ ਨੂੰ ਤੁਸੀਂ ਬਸ ਦੀ ਸੀਟ ਤੇ ਸਟੀering ਤੇ ਬਿਠਾਓਗੇ ਤਾਂ ਐਕਸੀਡੈਂਟ ਕਰੇਗਾ ਉਹਦਾ ਟ੍ਰੇਨਿੰਗ ਦਾ ਉਹਦੇ ਸਰਟੀਫਿਕੇਟ ਦਾ ਕੋਈ ਤਰੀਕਾ ਉਹ ਨਾਸਟਲਾਈਂ ਮੈਂ ਕਹਿ ਕੇ ਖਤਮ ਕਰਿਆ ਮੈਨੂੰ ਹਾਈ ਕੋਰਟ ਚ ਪੁੱਛਿਆ ਬੱਚੇ ਫੇਲ ਹੋ ਗਏ ਸੀ ਇੰਨੇ ਕਾਲ ਜਾਂਦੇ ਜਿਨ੍ਹਾਂ ਨੇ ਹੁਣ ਇਹ ਕਰਿਆ 132 ਬੱਚਿਆਂ ਨੇ ਰਿੱਟ ਪਾਤੀ ਰਿੱਟ ਦੇ ਵਿੱਚ ਮੈਨੂੰ ਚੀਫ ਜਸਟਿਸ ਨੇ ਪੁੱਛੋ ਕਹਿੰਦੇ ਇਹਨਾਂ ਕੋਲ ਤਾਂ ਪੜਾਉਣ ਦਾ ਪ੍ਰਵੰਧ ਨਹੀਂ ਫੁਲਾਣਾ ਨਹੀਂ ਮੈਂ ਤਾਂ ਆਪ ਕਰਦਾ ਸੀ ਹੂੰ ਕਿ ਮੈਂ ਜਿਸ ਦੇ ਵੀ ਬਿਸਾਉਣ ਤੋਂ ਤਾਂ ਇਹਨੇ ਪ੍ਰੋਫੈਸਰ ਨੇ ਚੀਫ ਜਸਟਿਸ ਦੇ ਡਿਵੀਜ਼ਨ ਬੈਂਚ ਦੇ ਲੱਗਿਆ ਸੀ ਚੀਫ ਜਸਟਿਸ ਸਾਹ ਦੇ ਸੀ ਉਸ ਬੈਂਚ ਦੇ ਮੈਨੂੰ ਖੜਾ ਕਰ ਲਿਆ Why are you so strict with these kids? Hmm. My, my Lord, I am not strict at all. I am doing a balancing act. On one side, I cannot ask them to have the knowledge of the whole of the universe. Hmm. But on the other side, with my signature, they will be entitled to practice medicine. I cannot overturn the half-baked bricks. The whole palace will collapse.

ਮੈਨੂੰ ਗੋਣ ਆਇਆ ਜਿੰਨਸ ਕਹਿੰਦੇ ਜੋ ਖਾਨਾ ਨਾਲ ਰਾਈਵ ਕਰਦੇ ਮਤੇ ਜੋ ਉਹ ਵੀ ਫੈਡਿਕ ਮਾਫੀਆ ਦਾ ਸੀ ਮੈਂ ਨਾਲ ਦੀ ਨਾਲ ਰੈਜ਼ੀਗਨੇਸ਼ਨ ਲਿਖਿਆ ਵੀ ਤੁਸੀਂ ਪੇਪਰ ਵੀਕ ਮਾਫੀਆ ਨਾਲ ਲੱਗੇ ਪਹਿਲਾਂ ਯੂਨੀਵਰਸਿਟੀ ਦਾ ਪੱਕਾ ਬਿਠਾਇਆ ਮੈਂ ਰਿਜ਼ਾਈਨ ਕਰਦਾ ਮੇਰਾ 6 ਹਫ਼ਤੇ ਦਾ ਨੋਟਿਸ ਵੀ ਰਿਹਾ ਹੈ ਪਰ ਤੁਸੀਂ ਵੇਵ ਆਫ ਕਰ ਸਕਦੇ ਹੋ ਮੈਨੂੰ ਅੱਜ ਹੀ ਹਟਾ ਦਿਓ ਤੇ ਜੇ ਤੁਸੀਂ ਨਹੀਂ ਹਟਾਉਂਦੇ ਸੁਣ ਲਓ ਮੈਂ ਤਾਂ ਕਹਿਣਾ ਇਹ 11 ਨਵੰਬਰ ਕੇ ਮੈਂ ਯਾਦ ਦਿਨ ਲੇਟਾ ਅਸੀਂ ਉਹਦੇ 28 ਤਰੀਕ ਦੀ ਜੱਜਮੈਂਟ ਰਿਜ਼ਰਵ ਹੋਈ ਜਿਹਦੀ ਗੱਲ ਕਰਕੇ ਅਸੀਂ ਆ ਫੇਰ ਆਸ ਆ ਗਈ। ਵੇਖਾ ਮੈਨੂੰ ਲੱਗਦਾ ਵੀ ਅਸੀਂ ਇਹ ਜਿੱਤ ਜਾਣਾ। ਤੁਹਾਡਾ ਕੀ ਹੈ ਤੁਸੀਂ ਤਾਂ ਕਿ ਮੁੜ ਕੇ ਇੰਤਾਂ ਨਾਲ ਉਹਨਾਂ ਦਾ ਸਾਲ ਬਾਅਦ ਲੈ ਲਓਗੇ। ਸੱਚੀ ਮੁੱਚੀ ਲੜਾ। ਹਾਈ ਕੋਰਟ ਦਾ ਫੈਸਲਾ ਸਾਡੇ ਹੱਕ 'ਚ। ਬੱਚੇ ਹਾਰੇ ਹੋਏ ਕੇਸ ਜਿਹੜਾ 1.5 ਸਾਲ ਦਾ ਕੁਰਸੀ ਉਹਦਾ ਸਾਡਾ ਦੇ ਇੰਤਾਂ ਲੈ। ਕੀ ਹੋਊਗਾ ਉਹ? ਉਥੇ ਕੀ ਹੋਇਆ ਉਹ? ਸੱਧੇ ਬਜੀ ਹੋਈ ਕੋ ਨਾ। ਜੀ। ਖੁਰਕੀਆ ਹੁਣ ਕੋਈ ਕੋ ਮੈਨੂੰ ਸੋਚਦਾ ਜੀ ਕਹਿੰਦਾ ਜੀ ਤੁਸੀਂ ਹਾਈ ਕੋਰਟ ਚ ਕੇਸ ਜਿੱਤੇ ਹੋ ਕਿ ਤੁਸੀਂ ਉਹ ਹਾਈ ਕੋਰਟ ਦਾ ਕੇਸ ਜਿੱਤਣ ਦੇ ਬਾਵਜੂਦ ਫੈਸਲਾ ਲੈ ਲਿਆ ਬਈ ਕੋਈ ਨਹੀਂ ਨਾ ਤਾਂ ਅੰਤ ਆ ਗਿਆ ਫਿਰ ਮੈਡੀਕਲ ਕੌਂਸਲ ਨੇ ਡੇਟਸ ਰੱਖਿਆ ਤੁਸੀਂ ਬਹਾਨੇ ਲਾ ਕੇ ਹਾਲ ਕਰਦੇ ਹੋ ਸੋ ਇਹ ਮੈਂ ਤਾਂ ਕਹਿਣਾ ਮਨਵੀਰ ਮੈਂ ਕੋ ਹਵਾ ਚੋਂ ਨਿਕਲਣਾ ਕਰਦਾ ਮੈਂ ਇਹ profession ਦੇ ਵਿੱਚੋਂ ਨਹੀਂ ਨੰਗਿਆ ਮੈਂ ਸੂਈ ਦੇ ਨੱਕੇ ਚੋਂ ਨੰਗਾਉਣਾ ਬੰਦੇ ਨੂੰ ਜਿਹੜਾ ਬਦਮਾਸ਼ੀ ਕਰਦਾ ਜਿਹੜਾ ਸ਼ਰੀਫ ਹੈ ਉਹ ਮੇਰੇ ਸਿਰ ਚ ਆ ਕੇ ਗੜੀਆਂ ਵੀ ਕਰਦੇ ਮੈਂ ਤਾਂ ਵੀ ਉਹਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਮੈਨੂੰ ਪ੍ਰਮਾਤਮਾ ਨੇ ਵੱਡੀ ਸ਼ਕਤੀ ਦਿੱਤੀ ਹੈ ਜੇ ਮੈਨੂੰ ਵੱਡੀ ਸ਼ਕਤੀ ਦਿੱਤੀ ਆ ਕੋਈ ਬੰਦਾ ਆ ਕੇ ਮੈਨੂੰ ਤੂੰ ਬੇ ਕਹਿ ਦੇ ਗਿਆ ਤਾਂ ਕਿਹੜੀ ਗੱਲ ਹੋ ਗਈ ਮੇਰਾ ਕੋਈ ਟਾਲਾ ਲੱਗ ਕੇ ਗਿਆ ਵੀ ਲੈ ਗਿਆ ਮੇਰੀ ਰਜਿਸਟਰੀ ਨਹੀਂ ਉਹਨੇ ਖੋਲਣੀ ਉਹ ਦੁਖੀ ਆਤਮਾ ਕੋਈ ਪੁੱਛਾ ਬੋਲ ਸਕਦਾ ਹੈ ਕੋਈ ਕੁਝ ਕਹਿ ਸਕਦਾ ਫਿਰ ਕਿਉਂ ਗਿਆ ਜੇ ਕਹਿ ਕੇ ਸੋ ਇਹ ਨਾ ਜ ਹੈ ਨਹੀਂ ਸੋ ਮੈਂ ਆਪਣੀ ਗੱਲ ਖਤਮ ਕਰਦਾ ਰਹਾ ਹਾਂ ਵੇ ਮੈਡੀਕਲ ਐਜੂਕੇਸ਼ਨ ਦੀ ਇੰਨੀ ਕਹਾਣੀਆਂ ਤਾਂ ਸਾਂ ਵੀ ਮਰੀਜ਼ਾਂ ਨਾਲ ਆਲਟ ਹੈ ਆਰੇ ਮਰੀਜ਼ਾਂ ਦੀ ਆਉਣ ਵਾਲੀਆਂ ਜਨਰੇਸ਼ਨਾਂ ਦੀ ਸਿਹਤ ਨੂੰ ਖਿਲਵਾੜ ਤੇ ਧਾਰ ਰਹੇ ਸੀ ਔਰ ਮਾਨਯੋਗ ਸੁਪਰੀਮ ਕੋਰਟ ਨੇ ਚੰਗਾ ਕਰਿਆ ਜਿੱਥੇ ਬੱਚਿਆਂ ਦੀ ਮੈਰਿਟ ਦਾ ਬੱਚਿਆਂ ਦੇ ਹੱਕ ਦਾ ਫੈਸਲਾ ਸੀ ਉੱਥੇ ਨਾਂ ਦੀ ਨਾਲ ਇਨੋਸੈਂਟ ਔਰ ਮਰੀਜ਼ਾਂ ਦੇ ਉੱਤੇ ਇਹ ਹਮਲਾ ਸੀ ਇਹਦੇ ਵੱਲੋਂ ਇੱਕ ਡਾਕਟਰ ਵੱਲੋਂ ਜਿਹੜਾ ਮੰਤਰੀ ਐ ਜਿਹੜਾ ਅੱਖਾਂ ਦਾ ਬਾਹਰ ਲੀਏ ਉਹਦੇ ਉੱਤੇ ਹਮਲਾ ਸੀ ਮੈਂ ਬਦਵੀਰ ਸਿੰਘ ਨੂੰ ਪੁੱਛਣਾ ਮੈਂ ਖੰਡਾ ਸਰਜਨ ਨਹੀਂ ਮੈਨੂੰ ਅੱਖਾਂ ਦਾ ਆਪਰੇਸ਼ਨ ਕਰਾਉਣ ਦੀ ਜਾਸ ਦੇਣਗੇ ਵੀ ਮੈਂ ਅੱਖਾਂ ਦਾ ਆਪਰੇਸ਼ਨ ਕਰਨ ਲੱਗ ਜਾਂ ਲੋਕਾਂ ਦਾ ਮੈਂ ਤਾਂ ਨਹੀਂ ਕਰੂੰਗਾ ਨਾ ਜਦ ਮੈਨੂੰ ਆਉਂਦਾ ਹੀ ਨਹੀਂ ਮੈਂ ਸੁਪਰ ਸਪੈਸ਼ਲਿਸਟ ਉਹ ਤਾਂ ਵੱਧ ਪੜਿਆ ਹੋਇਆ ਪਰ ਮੈਨੂੰ ਅੱਖਾਂ ਦਾ ਕੰਮ ਨਹੀਂ ਉਹ ਤਾਂ ਬਦਵੀਰ ਸਿੰਘ ਨੂੰ ਹੀ ਆਉਂਦਾ ਤੁਸੀਂ ਇਸ ਕਰਕੇ ਤੁਸੀਂ ਸਪੈਸ਼ਲਾਈਜ਼ ਇਸ ਨੇ ਇੰਨੀ ਆ ਮੈਡੀਸਨ ਦੇ ਵਿੱਚ ਇੰਨੀ ਜ਼ਿਆਦਾ ਗਿਆਨ ਦੀ ਲੋੜ ਹੈ ਇੰਨੀ ਜ਼ਿਆਦਾ ਮੁਹਾਰਤ ਦੀ ਲੋੜ ਹੈ ਕਿ ਤੁਸੀਂ ਆ ਆ ਬਣਾ ਰਹੇ ਹੋ ਤੁਸੀਂ ਆ ਕੁਝ ਕਰ ਰਹੇ ਹੋ ਇਹ ਤਾਂ ਠੱਠੇ ਚਿੱਟਾ ਜਿਹੜਾ ਠੱਠੇ ਚਿੱਟਾ ਪਕਾਉਂਦਾ ਹੈ 5 ਲੱਖ ਦਾ 10 ਲੱਖ ਦਾ 15 ਲੱਖ ਦਾ ਗੇੜ ਹੁੰਦਾ ਉਹਦਾ ਜੇ ਉਹ ਤੋਂ ਕੇਰੀ ਵਾਲਾ ਗਲਤ ਹੋ ਜੇ ਜੇ ਅੱਗ ਦੇ ਨਾਲ ਗਲਤ ਹੋ ਜੇ ਜੇ ਠੱਠੇ ਚਿਨਾਈ ਕਰਨ ਵਾਲਾ ਗਲਤ ਹੋ ਜੇ ਉਹ ਨਹੀਂ ਇਟਾਂ ਸੰਗਰ ਜਾਂ ਕੱਚੀਆਂ ਨਿਕਲਦੀਆਂ ਨੇ ਉਹ ਮੁਰਕੇ ਗੇਟ ਦੁਆਰਾ ਲਾਉਂਦਾ ਹੈ ਇਹ ਤਾਂ ਕਹਿੰਦਾ ਕੋਈ ਨਹੀਂ ਕੱਚੀਆਂ ਪਿੰਗਾਂ ਵੇਚੋ ਇਹ ਕੱਚੀਆਂ ਪਿੰਗਾਂ ਵੇਚ ਰਹੇ ਨੇ ਆਪਦੇ ਹੱਥ ਹਿੱਤ ਦੇ ਵਿੱਚ ਤੇ ਬਾਬੇ ਫਰੀਦ ਨੇ ਕਿਹਾ ਜਾਲ ਲਬਤਾ ਨੇ ਕਿਹਾ ਲਬਤਾ ਕੁਲਾ ਨੇ ਕਿਚਰ ਚੱਟ ਰੰਗਾਈ ਐ ਛੱਪਰ ਟੁੱਟੇ ਮੇ ਸਰ ਇਸ ਤੋਂ ਵੀ ਅੱਗੇ ਵੱਧ ਕੇ ਜੋ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਥਿਸ we stop this nri quota business now ਇਹਦੇ ਤੇ ਲਿਡ ਲਾਉਣੀ ਪੈਗੀ ਇਹ ਇੱਕ ਫਰਾਡ ਹੈ ਸੋ ਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਕਿ ਐਨਆਰਆਈ ਕੋਟੇ ਨਾਮ ਦੀ ਚੀਜ਼ ਨੂੰ ਨਾ ਰੱਖਿਆ ਜਾਵੇ ਜਾਂ ਬਹੁਤ ਘੱਟ ਸੀਮਿਤ ਇੱਕ ਪਰਿਭਾਸ਼ਾ ਦੇ ਵਿੱਚ ਬਿਲਕੁਲ ਬਿਲਕੁਲ ਹਾਰਡ ਕੋਰ ਪਰਵਾਸਾ ਦੇ ਵਿੱਚ ਲਿਆ ਕੇ ਇਹਨੂੰ ਰੱਖਿਆ ਜਾਵੇ 15% ਸੀਟਾ ਐਨਆਰਆਈ ਕੋਟਾ ਇਜ਼ਨਟ ਇਟ ਟੂ ਮੱਚ ਕਿਉਂਕਿ ਇਹ ਗੱਲ ਮੈਂ ਤਾਂ ਵੀ ਕਹਿ ਰਹੀ ਹਾਂ ਇੱਕ ਤਾਂ ਸੁਪਰੀਮ ਕੋਰਟ ਨੇ ਜੋ ਕਿਹਾ ਉਹ ਮੇਰੇ ਕੋਲ ਉੱਥੋਂ ਸਵਾਲ ਪੈਦਾ ਹੁੰਦਾ ਸਰ ਦੂਸਰਾ ਸਵਾਲ ਪੈਦਾ ਹੁੰਦਾ ਹੈ ਕਿ ਜਿਵੇਂ ਸਰਕਾਰੀ ਕਾਲਜ ਹੈ ਸਰ ਸਰਕਾਰੀ ਕਾਲਜ ਚ ਟੋਟਲ 6 ਸੀਟਾਂ ਨੇ 600 ਸੀਟਾਂ ਸੀ 600 ਦੇ ਵਿੱਚੋਂ 243 ਓਪਨ ਸੀ ਤੇ 357 ਰੱਖਵੀਆਂ ਰੱਖੀਆਂ ਹੋਈਆਂ ਸੀ ਸਰ ਇਹ ਤਾਂ 50% ਸੀਲਿੰਗ ਐਂਡ ਉਹ ਜੋ ਸਾਰਾ ਕੁਝ ਹੈ ਮੈਰਿਟ ਮੈਰੀਟੋਰੀਅਸ ਬੱਚਿਆਂ ਨੂੰ ਆਪਣੀ ਕਾਬਲੀਅਤ ਦੇ ਆਧਾਰ ਤੇ ਸੀਟਾਂ ਮਿਲਣ ਉਹ ਵਾਲਾ ਸਿਸਟਮ ਤਾਂ ਬਹੁਤ ਘੱਟ ਹੋ ਗਿਆ ਜੀ ਬਹੁਤ ਨੈਰੋ ਵਿੰਡੋ ਹੋ ਚੁੱਕੀ ਹੈਗੀ ਆ ਸੋ ਐਨ ਆਰ ਆਈ ਕੋਟਾ ਕੀ ਹੁਣ ਖਤਮ ਕਰਨ ਦਾ ਵੇਲਾ ਆ ਚੁੱਕਾ ਹੈ ਦੇਖੋ ਮੈਂ ਮੈਂ ਦੁਗ ਲਗਾ ਇੱਕ ਤਾਂ ਜਿਹੜਾ ਮੈਰਿਟ ਹੈ ਨਾ ਇਹ ਮੈਰਿਟ ਆਪਣੇ ਆਪ ਇੱਕ ਬਹੁਤ ਵੱਡਾ ਮੇਰੇ ਹਿਸਾਬ ਨਾਲ ਭਾਵੇਂ ਸਾਡੇ ਕੋਲ ਪਹਿਮਾਨਾ ਤਾਂ ਇਹੀ ਹੈ ਪਰ ਜੇ ਪਰਮਾਨੇ ਗਲਤ ਹੋਵੇ ਤਾਂ ਫਰੋਡ ਹੈ ਪੇਪਰ ਵਿਕਦੇ ਨੇ ਮੈਂ ਜਿਹੜੇ ਬੱਚੇ ਦਾ ਜਿਹੜਾ ਹੁਣ ਦੱਸਿਆ ਉਹ ਇਹੀ ਕੁਛ ਹੋ ਰਿਹਾ ਹੈ ਮੈਂ ਆ ਫੜੇ ਨਹੀਂ 27 ਬੰਦੇ ਦੂਜਾ ਦੂਜੇ ਛਾਂ ਬੈਠੇ ਜਿਨੂੰ ਇਹ ਨਹੀਂ ਪਤਾ ਪੀਐਮਪੀ ਹੁੰਦਾ ਕੀ ਹੈ ਉਹ ਪਹਿਲੇ 200 ਚ ਆਇਆ ਹੋਇਆ ਸੋਤੇ ਹੀ ਗੱਲ ਪਈ ਨਾ ਮੰਨ ਗਏ ਬੰਦੇ ਰੱਟੇ ਹੋਰ ਨੇ ਦਾ ਕਰੇ ਇੱਕ ਗਲਤ ਹੈ ਆਪਣੇ ਆਪ ਹੀ ਦੂਜੀ ਗੱਲ ਇਹ ਹੈ ਵੀ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਦੇ ਕੋਈ ਕਾਨੂੰਨ ਨਹੀਂ ਪਰ ਇਹ ਉਹਨੂੰ ਗੰਕਾ ਲਾਗੂ ਕਰ ਰਹੇ ਨੇ ਰੌਣਾ ਇਸ ਗੱਲ ਦਾ ਰੌਣਾ ਇਸ ਗੱਲ ਦਾ ਨਹੀਂ ਵੀ ਰਿਜ਼ਰਵੇਸ਼ਨ ਗਲਤ ਹੈ ਜੀ ਮੈਰਿਟ ਗਲਤ ਹੈ ਜੀ ਮੈਰਿਟ ਥੱਲੇ ਚੜਜੋ ਮੈਰਿਟ ਵਾਲੇ ਇਹ ਬਹੁਤ ਸਾਰੇ ਲੋਕ ਨਾਲ ਆਪਾਂ ਨਾਲ ਨਹੀਂ ਮੈਰਿਟ ਹੈ ਮੈਂ ਉਹਨੂੰ ਇੱਕ ਵਾਰੀ ਪੁੱਛਿਆ ਸੀ ਫਿਰ ਦਵਾ ਦਾ ਹੁਣ ਤੁਹਾਡਾ ਸਵਾਲ ਹੈ ਕਿ ਮੈਨੂੰ ਥੋੜਾ ਜਿਹਾ ਕਰਨਾ ਪੈ ਰਿਹਾ ਇੱਕ ਵਾਰੀ ਅਸੀਂ ਐਡਮਿਸ਼ਨ ਕਰ ਰਹੇ ਸੀ ਇੱਕ ਬੰਦਾ ਮੈਂ ਆਨ ਲੱਗਿਆ ਗੱਡੀ 'ਚ ਬੈਠਣ ਲੱਗਿਆ ਕਿਉਂ ਜੇ ਖਿੜਕੀ ਖੁੱਲੀ ਹੋਈ ਸੀ ਖੁੱਲੀ ਹੋਈ ਸੀ ਮੈਂ ਕਹਿੰਦਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਉੱਥੇ ਖੜ ਗਿਆ ਮੈਂ ਤਾਂ ਆਤਨਾ ਵੀ ਮੈਂ ਇਹ ਛੋਟਾ ਕਹਿੰਦਾ ਵੀ ਮੈਂ ਰਜਿਸਟਰ ਨਾਲ ਨਹੀਂ ਕਿਉਂ ਗੱਲ ਕਰਾਂ ਹਾਂ ਉਹ ਜੀ ਤੁਸੀਂ ਇਹਨਾਂ ਨੂੰ ਓਪਨ ਕੈਟਾਗਰੀ 'ਚ ਵੀ ਐਡਮਿਸ਼ਨ ਦੇਈ ਜਾਣਾ ਤੇ ਜ਼ਰਵ ਵਿੱਚ ਵੀ ਦੇਈ ਜਾਣਾ ਮੈਂ ਕਹਿੰਦਾ ਸਰਕਾਰ ਦਾ ਰੂਲ ਹੈ ਇਹਦਾ ਲਾਗ ਨਹੀਂ ਨਹੀਂ ਇਹ ਤਾਂ ਨਜਾਇਜ਼ ਜਨ ਮੈਂ ਕਿਹਾ ਤੁਹਾਡੀ ਨਜ਼ਰ ਵਿੱਚ ਨਜਾਇਜ਼ ਹੋਊਗਾ ਜੈਸਾ ਕਰਨ ਰੂਲ ਬਣਾਤਾ ਮੇਰੇ ਵਾਸਤੇ ਜਾਇਜ਼ ਹੀ ਆ ਤੇ ਮੈਂ ਚਾਹ ਹਿਦਾ ਨਹੀਂ ਤੁਸੀਂ رائے ਦੇਣੀ ਸੀ ਮੈਂ ਕਿਹਾ ਮੈਂ ਜਿੱਥੇ رائے ਦੇਣੀ ਸੀ ਉਹ ਦੇਤੀ ਉਦੋਂ ਬਾਅਦ ਰੂਲ ਬਣ ਗਿਆ ਤੇ ਮੈਂ ਉਹਨੂੰ ਟਾਕੂ ਕਰਨਾ ਤੇ ਐਨੇ ਅਸੀਂ ਗੱਲਾਂ ਕਰਦੇ ਸੀ ਤੁਸੀਂ ਸਮਝਦੇ ਹੋ ਵੀ ਇਹ ਰਜਿਸਟਰ ਖੜਾ ਹੋਊਗਾ ਐਡਮਿਸ਼ਨ ਚੱਲ ਰਹੀ ਹੈ ਸ ہزار ਬੱਚਾ ਆਇਆ ਹੋਇਆ ਉੱਥੇ ਤੇ ਝੁਰਮਟ ਲੱਗਦੀ ਮੈਂ ਗਿਆ ਝੁਰਮਟਾਂ ਲਾਣ ਲੈ ਵੇ ਕੀ ਗੱਲ ਕਰਨਾ ਤੇ ਫਿਰ ਮਨੂ ਆਖਿਆ ਮੈਂ ਬਬੀ ਕਿ ਤੁਸੀਂ ਆਰਐਸਐਸ ਦਿੱਤਾ ਨਾ ਹੂੰ ਚਲੋ ਜੀ ਚਲੋ ਜੀ ਚਲੋ ਜੀ ਨਹੀਂ ਮੈਂ ਕਹਿੰਦਾ ਤੁਸੀਂ ਕਿਵੇਂ ਕਹਿਣਾ ਮੈਂ ਕਹਾਂ ਆਰਐਸਐਸ ਵਾਲਿਆਂ ਨੂੰ ਨਾ ਇਹ ਸੀ ਕਿ ਤਾਂ ਸ਼ਡਿਊਲ ਕਾ ਅਸਾਂ ਦੀ ਰਿਜ਼ਰਵੇਸ਼ਨ ਤਾਂ ਲੱਗਦੀ ਹੈ ਉਹਨਾਂ ਨੂੰ ਆ ਜਿਹੜੀਆਂ ਨਰ ਚ ਵੇਚੀਆਂ ਜਾਂਦੀਆਂ ਵੀ ਗਦਾ ਆ ਜੇ ਘੋੜਾ ਆ ਜੇ ਉਹਦੇ ਤੇ ਕੋਈ ਤਰ੍ਹਾਂ ਦੀ ਕੋਤ ਕੋਈ ਮੈਟਰ ਨਹੀਂ ਇਹਨਾਂ ਨੂੰ ਚਿੰਤਾ ਨਾ ਮੈਂ ਕਹਣਾ ਕਿਉਂਕਿ ਮੇਰਾ ਤਜਰਬਾ ਹੈ ਤੁਹਾਡੇ ਵਾਲੇ ਤੁਸੀਂ ਆਰਐਸਐਸ ਵਾਲੇ ਸ਼ਡਿਊਲ ਕਾ ਸੇ ਸੀਟਾਂ ਤੇ ਇਤਰਾਜ਼ ਕਰਦੋ ਜਿਹੜੀਆਂ ਮੁੱਖ ਤੌਰ ਨਾ ਸੇਟ ਮਾਡਲ ਲੈਂਦੇ ਨੇ ਉਹ ਤੇ ਤੁਹਾਨੂੰ ਜਰਾ ਵੀ ਇਤਰਾਜ਼ ਨਹੀਂ ਆ ਕਿਉਂਕਿ ਉਹਦੇ ਨਾਲੋਂ ਤੁਸੀਂ ਹੂੰ ਇਹੀ ਬੰਨੇ ਅਦਾਨੀਆਂ ਦੇ ਨਾਲ ਨੇ ਹੁਣ ਤੁਹਾਡੇ ਸਾਹਮਣੇ ਹਨ ਦੂਜੀ ਗੱਲ ਉਹਨੂੰ ਕਹੀ ਮੈਂ ਤੁਹਾਨੂੰ ਕਿਹਨੇ ਕਹਿਤਾ ਬਾਊ ਜੀ ਇੱਥੇ ਕੋਈ ਵੀ ਸੀਟ ਅਨ ਰਿਜ਼ਰਵ ਹੈ ਇਹ ਸਾਰੀ ਗੱਡੀ ਰਿਜ਼ਰਵ ਹੈ ਕਹਿੰਦਾ ਹੈ ਸਾਰੇ ਹਾਲ ਤੱਕ ਦੇਖ ਨੂੰ ਹੈ ਕਿਵੇਂ ਮੈਂ ਕਹਾਈ ਆਏ ਆ ਵੀ ਸਰਕਾਰੀ ਕਾਜ ਦੀ ਫੀਸ ਹੈ 13000 ਹੁਣ ਤਾਂ ਬਹੁਤ ਬੜਾ ਥੀ ਨਾ ਨਾ ਉਹ 13000 ਦੀ ਫੀਸ ਹੁਣ ਇਹਨਾਂ ਨੇ 2 ਸਵਾ ਦੋ ਰੁਪਏ ਕਰ ਦਿੱਤੀ ਅਬ ਦਸਾਂ ਬਰਾ ਸਾਲਾਂ ਦੀ 13000 ਹੈ ਪਰ ਉਹ ਨੂੰ ਮਿਲੂਗੀ ਜਿਹੜਾ ਕੋਟੇ ਜਾ ਕੇ ਖਰਚ ਕਰਦਾ 5 ਲੱਖ ਰੁਪਏ ਸਾਲ ਦਾ ਜਿਹਦਾ ਮਾਪਾ-ਬਾਪ ਜਿਹੜੇ ਕੋ 5 ਲੱਖ ਰੁਪਏ ਨੂੰ ਵਿਚਾਰਾ ਸੀਟ ਕਿ ਮਿਲੂ 2 ਸਾਲ ਖਰਚ ਕਰਦਾ ਇਹ ਤੇਰ ਦਾ ਕਰੀ ਕੇ ਇਹ ਇਹ ਤੋਂ ਅਗਲੀ ਆ ਜਿਹੜੀ ਪ੍ਰਾਈਵੇਟਲੀ ਮੈਨੇਜਮੈਂਟ ਕੋਟੇ ਵਾਲੀ ਹੈ ਇਹ ਸੀਟ ਉਹ ਲਊਗਾ ਜਿਹੜਾ ਦਿੱਲੀ ਚ 3 ਲੱਖ ਰੁਪਏ ਖਰਚੂ 5 ਦੀ ਵਜ੍ਹਾ ਫਿਰ ਫਿਰ ਮੁੜ ਕੇ ਇੰਨੇ ਪੈਸੇ ਦੇ ਸਕੂਗਾ 70000 ਰੁਪਏ 30000 ਆ ਜਿਹੜੀ ਐਨਆਰਆਈ ਹੈ ਉਹ ਨੂੰ ਲਗਾਤਾਰੀ 30 ਲੱਖ ਰੁਪਇਆ ਦੇਣਾ ਹੈ ਮੈਂ ਉਹ ਜਿਹੜਾ ਮਰਜੀ ਗਧਾ ਘੋੜਾ ਜਿਹੜਾ ਮਰਜੀ ਆ ਜੇ ਤੁਸੀਂ ਦੱਸੋ ਕਿਹੜੀ ਚਾਹੇ ਰਿਜ਼ਰਵ ਹੈ ਚਾਹੇ ਨੌਨ ਰਿਜ਼ਰਵ ਹੈ ਸੀਟੇ ਪੈਸੇ ਅੱਡੇ ਨੂੰ ਜਾ ਰਹੀ ਹੈ ਜਿਹੜਾ ਵੱਡਾ ਫਾਈਨੈਂਸ਼ੀਅਲ ਕਮਿਸ਼ਨਰ ਆ ਸ਼ੈਡਿਊਲਡ ਕਾਸ ਉਹ ਤੋਂ ਚਾਹੀਏ ਢੀ ਫੀਸ ਦੇਊਗਾ ਨਾ ਗਰੀਬ ਜੁੱਤੀਆਂ ਗੰਢਣ ਵਾਲਾ ਕਿੱਥੋਂ ਦੇ ਦੂਗਾ ਦਿਹਾੜੀ ਕਰਨ ਵਾਲਾ ਕਿੱਥੋਂ ਦੇ ਦੂਗਾ ਥੀਰੀ ਰਨ ਵਾਲਾ ਕਿੱਥੋਂ ਦੇ ਦੂਗਾ ਮੰਡੇਗਾ ਵਰਕਰ ਕਿੱਥੋਂ ਦੇ ਦੂਗਾ ਮੇਰੇ ਕੋਲ ਫੋਨ ਆਉਂਦੇ ਨੇ ਮੰਡੇਗਾ ਵਰਕਰ ਨੇ ਆ ਜੁੱਤੀਆਂ ਗੰਢਣ ਵਾਲਾ ਇੱਕ ਸੰਗਰੂਪ ਦਾ ਫੋਨ ਆਇਆ ਕਿ ਜੀ ਮੇਰੀ ਕੁੜੀ ਨੇ ਐ ਨਰਸਿੰਗ ਕਾਹਣਾ ਸਾਜੀ ਕਾ ਦੱਸ ਰਿਹਾ ਨਰਸਿੰਗ ਜੀ ਉਹਦਾ ਇੰਨੇ ਹੈਗਾ ਜੀ ਆਏ ਹੋਏ ਮੈਂ ਉਹਦਾ ਰੋਲ ਨੰਬਰ ਜਾ ਪੁੱਛਿਆ ਪਤਾ ਪਤਾ ਕਰਿਆ ਕਹਿੰਦੇ ਇਹਦਾ ਨਾ ਸਰਕਾਰੀ ਚਾਉਣਾ ਨਹੀਂ ਹੁਣ ਉਹਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੀ ਨਹੀਂ ਦਿੰਦਾ ਗਰੀਬ ਔਰ ਲੜਕੀਆਂ ਬਾਪ ਜੁੱਤੀਆਂ ਜਾਂਦਾ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਿਲਣਾ ਚਾਹੀਦਾ ਪਰ ਉਹਨੂੰ ਨਹੀਂ ਮਿਲਣਾ ਕਿਉਂਕਿ ਪਹਿਲਾਂ ਪੈਸੇ ਪੜ੍ਹਨੇ ਨਹੀਂ ਪੈਸੇ ਉਹਦੇ ਕੋਲ ਹੈ ਨਹੀਂ ਨਾ ਉਹਨੂੰ ਸੂਚਨਾ ਦਿੱਤੀ ਹੋਈ ਹੈ ਸੋ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੀ ਲੈਂਦੇ ਬਹੁਤੇ ਉਹਨਾਂ ਚੋਣ ਨੇ ਜਿਹੜੇ ਉੱਪਰ ਜਾਂਦੇ ਨੇ ਆਣਾ ਕਿਉਂ ਚੱਕਾਇਤ ਹੈ ਲਈ ਦੂਬਾ ਕੰਮਦਨ ਨਹੀਂ ਹੋਣੀ ਚਾਹੀਦੀ ਪਰ ਜਿਹੜਾ ਸਰਕਾਰੀ ਆ ਉਹ ਤੁਹਾਨੂੰ ਕੋ ਨਹੀਂ ਸਕਦਾ ਵਸੇ ਤੇ ਇੱਥੇ ਸਰਕਾਰੀਆਂ ਨੇ ਬਥੇਰੇ ਨੇ ਕੋਈ ਹੋਈ ਹੁਣ ਆਪਾਂ ਦੇਖਿਆ ਹੀ ਹੈ ਨਾਮ ਹੀ ਹੋਰ ਲਿਖ ਦਿੰਦੇ ਨੇ ਕਈਆਂ ਨੇ ਤਾਂ ਆਪਣੇ ਬਾਪ ਇਹੋ ਜਿਹੇ ਨੇ ਲੋਕ ਸਰਕਾਰੀ ਅਧਿਕਾਰੀ ਆਪਜੀ ਕੁੜੀ ਦਾ ਦਾਖਲਾ ਕਰਾਉਣ ਵਾਸਤੇ ਮਨੋਰਟੀ ਕੋਟੇ ਚ ਬਾਪ ਹੀ ਹੋਰ ਖੜਾ ਕਰ ਦਿੰਦਾ ਕਿਉਂਕਿ ਆਪ ਦਾ ਨਹੀਂ ਕੱਟ ਸੀ ਕਿ ਉਹ ਕਿਸਾਂ ਵਾਲਾ ਚਾਹੀਦਾ ਹੋਰ ਬਾਪ ਖੜਾ ਕਰ ਸਕਦੇ ਨੇ ਉਹ ਲੋਕ ਨੇ ਅਨੋਖ ਲੋਕ ਸਮਾਜ ਦੇ ਸੁਧਾਰਕ ਦੀ ਨੇ ਫ੍ਰੇਸ ਕਰਕੇ ਪਾਇਸ ਪਾਸੇ ਤੋਂ ਜਗਿਆਨਾ ਵੱਡੀ ਗੱਲ ਇਹ ਹੈ ਕਿ ਐਨਆਰਆਈ ਕੋਟਾ ਚਾਹੀਦਾ ਹੈ ਕੋਈ ਮਾਰੀ ਗੱਲ ਨਹੀਂ ਪਰ ਉਹਦੀ ਜੋ ਤੁਸੀਂ ਸੈਕੰਡ ਪਾਰਟ ਹੈ ਠੀਕ ਹੈ ਸਟ੍ਰਿਕਟ ਰੈਗੂਲੇਸ਼ਨ ਇਹ ਛੂ ਵੀ ਹੈ ਮਾਨਯੋਗ ਸੁਪਰੀਮ ਕੋਰਟ ਨਹੀਂ ਕਰਿਆ ਸੀ ਇਹ ਜੇ ਖਤਮ ਕਰਨ ਦਾ ਵੀ ਮਾਨਯੋਗ ਸੁਪਰੀਮ ਕੋਰਟ ਕਰੋਗੀ ਪਰ ਇਹ ਮਾਨਯੋਗ ਸੁਪਰੀਮ ਕੋਰਟ ਇਹ ਕੋਟਾ ਖਤਮ ਕਰਕੇ ਆਮ ਬੱਚਿਆਂ ਦੇ ਹਿੱਸੇ ਜਿਵੇਂ ਹੁਣ ਵਧਾਈਆਂ ਹੋਈਆਂ ਨੇ ਤੁਸੀਂ ਮੰਨੋਗੇ ਪੈਂਕ ਲੱਖ ਰੁਪਿਆ ਫੀਸ ਨਾ ਨਰਿਦੀ ਪੂਰੀ ਦੀ ਪੂਰੀਆਂ ਸੀਟਾਂ ਦੀ ਹਦੇਸ਼ ਚ ਕਿਉਂਕਿ ਕਾਨੂੰਨ ਗਲਤ ਬਣਾਉਂਦਾ ਉਹ ਕਾਨੂੰਨ ਦੇ ਸਾਰੇ ਕੋਰਟ ਜਿੱਤ ਜਾਂਦਾ ਕਿਸੇ ਨੇ ਕਾਨੂੰਨੀ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਬੇਕਾਨੂੰਨੀ ਗਲਤ ਹੈ ਉਹ ਕੱਲੀ ਬੀਜੇਪੀ ਸਰਕਾਰ ਬਣਾ ਕੇ ਗਈ ਜਵਾਬ ਦੇ ਵੇਖੋ ਪੈਂਕ ਲੱਖ ਫੀਸ ਦਾ ਤੇ ਅਗਲਾ ਕਿਉਂ ਨਹੀਂ ਜਰਸ਼ਵ ਦੇ ਦਊਗਾ ਇੱਕ ਵਾਰੀ ਇੱਕ ਡਾਇਰੈਕਟਰ ਨੇ ਬਿਤਾ ਕੇ 2013 ਚ ਪੈਸੇ ਮੈਂ ਕਿਹਾ 84 ਲੱਖ ਕਰੋੜ ਦਾ ਫਾਇਦਾ ਹੋਇਆ ਪ੍ਰਾਈਵੇਟਾਂ ਨੂੰ ਤੋ 2-2.4 ਕਰੋੜ ਦੇ ਨਾਲ ਉਹਨਾਂ ਦੀ ਔਕਾਹ। ਮੇਰੇ ਕਹ ਲੈਨੇ ਮੈਂ ਕਿ ਤੁਮਾਰ ਵੀ ਤੂੰ ਸਾਨੂੰ ਕਰਾਪਟ ਕਹਿਣਾ ਹੈ। ਮੇਰੇ ਸਵਾਲ ਦਾ ਜਵਾਬ ਦੇ ਦਿਨ ਮੈਨੂੰ ਕਿਸੇ ਨੇ ਪੁੱਛਿਆ ਸਬੂਤ ਕੀ ਹੈ ਮੇਰੇ ਕੋਈ ਸਬੂਤ ਨਹੀਂ। ਮੇਰੇ ਕੋ ਆ ਸਬੂਤ ਨੇ ਕਿ ਇਹਨਾਂ ਨੇ ਸੁਪਰੀਮ ਕੋਰਟ ਨੂੰ ਵਾਇਲਟ ਕਰਕੇ ਫੀਸ ਵਧਾਈਆ। ਔਰ ਦੁੱਗਣੀ ਕਰਤੀ ਸੁਪਰੀਮ ਕੋਰਟ ਕਹਿੰਦੀ ਹੈ 15% ਤੋਂ ਵੱਧ ਨਹੀਂ ਵਧਾ ਸਕਦੇ। ਇਹਨਾਂ ਨੇ ਦੁੱਗਣੀ ਕਰੀ ਹੈ। ਇਹ ਕਰਦਾ ਜਵਾਬ ਦੇ ਦਿਨ ਫਿਰ ਕੀ ਹਿੱਤ ਸੀ ਇਹਨਾਂ ਦਾ ਕਿਉਂ ਕਰੀਆ? ਆਹੀ ਮੇਰਾ ਸਵਾਲ ਹੈ ਕਿ ਕਿਉਂਕਿ 84 ਕਰੋੜ ਦਾ ਫਾਇਦਾ ਹੋਇਆ ਜੇ ਐਚਕੀ ਨਾ ਹੁੰਦੀ ਅਗਲੇ ਸਾਲ ਨੂੰ 84 ਕਰੋੜ ਦਾ ਗਿਆ ਸੀ ਨਾ ਸਹੀ ਹੈ ਜੀ ਸਾਰਾ ਜਾਂਦਾ ਦੇਖੀਏ ਅੱਧਾ ਦੇਈਏ ਵੰਡ ਸੋ ਮੈਡੀਕਲ ਐਡਮਿਸ਼ਨਾਂ ਚ ਬਹੁਤ ਵੱਡੀਆਂ ਠੱਗੀਆਂ ਨੇ ਸੀਟਾਂ ਵਿਕਦੀਆਂ ਨੇ ਸਿਰਫ ਐਨਆਰਆਈ ਕੋਟੇ ਦੀ ਪਰਵਾਹਾ ਦੱਸੋ ਮੈਂ ਇੱਕ ਲਾਈਨ ਤੇ ਮਾਂ ਜੋ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਸਰਕਾਰ ਨੂੰ ਹਦਾਇਤ ਕਰੇ ਕਿ ਇਹ ਸੋਸ਼ਲ ਸਰਵਿਸ ਹੈ ਇਹ ਕੋਈ ਬਿਜ਼ਨਸ ਨਹੀਂ ਹੈ ਇਹ ਦਾਖਲੇ ਜਿਹੜੇ ਨੇ ਸਰਕਾਰੀ ਕਾਲਜਾਂ ਚ ਸਸਤੀ ਤੋਂ ਸਸਦੀ ਫੀਸ ਸਰਕਾਰ ਨਹੀਂ ਵਧਾਏਗੀ ਸਰਕਾਰ ਆਮਦੇ ਤੋਂ ਖਰਚਾ ਕਰੇ ਬੱਚਿਆਂ ਤੋਂ ਕੋਲੋਂ ਰਹੀ ਨਾ ਕਰੇ ਸਰਕਾਰ ਆਮਦੇ ਤੋਂ ਖਰਚਾ ਕਰੇ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਦੀ ਸੁੱਤ ਜਗਦੀ ਰਹੇ ਤੇ ਇਹ ਇਹਨਾਂ ਨੂੰ ਸੋਚਣਾ ਪਏਗਾ ਕਈਆਂ ਨੇ ਬਾਕੀਆਂ ਨੇ ਜੇ ਵਧਾਈ ਵੀ ਹੋਈ ਉਹਨਾਂ ਲਈ ਕੋਈ ਨੋਂ ਹੋੜ ਇਹਨਾਂ ਦੀ ਨੌ ਪ੍ਰੋਟੈਕਸ਼ਨ ਹੋ ਗਈ ਹੈ ਸਰਕਾਰੀ ਦੀ ਵੀ ਉਹ ਵਧਾਈ ਇਸ ਕਰਕੇ ਹੈ ਕਿ ਪ੍ਰਾਈਵੇਟਾਂ ਨੂੰ ਬੈਨੀਫਿਟ ਦੇਣਾ ਸੋ ਇੱਕ ਟਾਈ ਐਨ ਮੈਰੀ ਕੋਟੇ ਦੀਆਂ ਸੀਟਾਂ ਜਿਵੇਂ ਆਜੋਗ ਸੁਪਰੀਮ ਕੋਰਟ ਨੇ ਖਤਮ ਕਰ ਲੀਆਂ ਨੇ ਤਾਂ ਸਰਕਾਰੀਆਂ ਦੇ ਵਿੱਚ ਪੜਾਈ ਆਲਮੋਸਟ ਮੁਫਤ ਬਲ ਗਈ ਸਾਰੇ ਹਿੰਦੂ ਜੇ ਕਹਿੰਦੇ ਨੇ ਵੀ ਕੰਕੰਡੈਸਟ ਹੈ ਜੀ ਟੈਸਟਿਕ ਹੋਊਗਾ ਫੀਸ ਵੀ ਇੱਕ ਹੋਣੀ ਚਾਹੀਦੀ ਹੈ ਜਹ ਟੈਸਟ ਹੋ ਨਾ ਇੱਕ ਕਰ ਲਓ ਫਿਰ ਸੂਬਿਆਂ ਦੇ ਵਿੱਚ ਟੈਸਟ ਚੜ੍ਹਨ ਸੂਬੇ ਆਪਦਾ ਦੇਖ ਲੈਣਗੇ ਇਹ ਗੱਲ ਗਲਤ ਆ ਕਿ ਟੈਸਟਿਕ ਹੋਊਗਾ ਪਰ ਫੀਸਾਂ ਵਕਵਕ ਹੋਣਗੀਆਂ ਇਹ ਨਹੀਂ ਪੋਸੀਬਲ ਇੱਕ ਹਾਂ ਖਰਚੇ ਦੇ ਹਿਸਾਬ ਨਾਲ ਥੋੜੀ ਬੋਤੀ ਘੱਟ ਬੰਦ ਹੋ ਸਕਦੀ ਹੈ ਕਿਤੇ ਜ਼ਿਆਦਾ ਕਿਤੇ ਘੱਟ ਹੁਣ ਬੰਬੇ ਦੇ ਕਾਲਜ ਦਾ ਖਰਚਾ ਇਹ ਤਾਂ ਜੇਰਾ ਮਸਤਵਾਨੇ ਕਾਲਜ ਖੋਲਣਾ ਉਹਦੇ ਬਰਾਬਰ ਨਹੀਂ ਨਾ ਹੋ ਸਕਦਾ ਜੀ ਸੋ ਇਸ ਕਰਕੇ ਇੱਕ ਚਾਹੀਦੀ ਦੂਜਾ ਮਾਂ ਜੋ ਸੁਪਰੀਮ ਕੋਰਟ ਨੂੰ ਇਹ ਕਰਨਾ ਪਏਗਾ ਵੀ ਪ੍ਰਾਈਵੇਟ ਕੋਈ ਕਾਲਜ ਖੋਲੇ ਜਾਂ ਨਾ ਖੋਲੇ ਇਹ ਡਰਾਮਾ ਕਰਦੇ ਨੇ ਵੀ ਇੰਨੇ ਡਾਕਟਰ ਚਾਹੀਦੇ ਨੇ ਜੀ ਇਹਨਾਂ ਡਾਕਟਰ ਹੈ ਨਹੀਂ ਜੀ ਆ ਸੱਚ ਕਿੱਥੇ ਆ ਇੱਕ ਨਾਈਂਸ ਗੱਲ ਹੈ ਨਾ ਜੇ ਅਸੀਂ ਪਾਣੀ ਦਾ ਠੀਕ ਪ੍ਰਬੰਧ ਖਾਣਾ ਠੀਕ ਕਰ ਦਈਏ ਉਹਦਾ ਡਿਸਪੋਜ਼ਲ ਤੇ ਭੋਜਨ ਠੀਕ ਕਰ ਦਈਏ ਤਾਂ 95% ਬਿਮਾਰੀਆਂ ਹੋਣੀਆਂ ਨਹੀਂ ਇਹਦੇ ਵੱਡੀਆਂ ਮਸ਼ੀਨਾਂ ਦੀ ਜਾਦਾ ਡਾਕਟਰਾਂ ਦੀ ਲੋੜ ਹੀ ਨਹੀਂ ਰਹੇਗੀ ਹੁਣ ਇਹ ਕੀ ਕਰਦੇ ਨੇ ਇੱਕ ਪਾਸੇ ਸੀਵਰੇਜ ਖਰਾਬ ਦੂਜੇ ਪਾਸੇ ਪਾਣੀ ਗੰਦਾ ਆਰਓ ਰਾਹੀਂ ਪਾਣੀ ਵੀ ਆ ਜਿਹੜੇ ਇਹਦੇ ਬਿਮਾਰੀਆਂ ਪੈਦਾ ਕਰਦਾ ਸਾਰਾ ਭੋਜਨ ਮਾੜਾ ਉਹ ਆਈਐਸ ਸਭ ਸੱਗੇ ਹੋਏ ਨੇ ਫੂਡ ਕਮਿਸ਼ਨਰ ਡਾਕ ਡਰੱਗ ਕਮਿਸ਼ਨ ਸਾਰਾ ਜੇਸ ਨੇ ਉਹ ਆਈਐਸ ਜੋ ਵੀ ਕਰਦੇ ਨੇ ਸਾਡੇ ਸਾਹਮਣੇ ਪੰਜਾਬ ਦੇ ਕੱਢ ਕੇ ਦੇਖ ਪੰਜਾਬ ਦੇ ਤਾਂ ਇੱਕ ਕਮਿਸ਼ਨਰ ਨੇ ਇਹ ਵੀ ਕਹਤਾ ਸੀ ਤੇਲ ਦੇ ਵਪਾਰੀ ਨੇ ਕਿਸੇ ਨੇ ਕੇਸ ਕਰਿਆ ਵੀ ਤੇਲ ਮਸਲਾ ਤੇਲ ਮਾੜਾ ਵੇਚਿਆ ਜਾ ਰਿਹਾ ਹੈ ਉਹਨੂੰ ਕਹਿੰਦਾ ਬੁਲਾ ਕੇ ਉਹ ਕੇਸ ਹਜੇ ਵੀ ਹਾਈ ਕੋਰਟ ਚ ਪੈਂਡਿੰਗ ਹੂੰ ਤੇ ਉਹਨੂੰ ਬੁਲਾ ਕੇ ਕਹਿੰਦਾ ਤੂੰ ਕਰ ਲੈ ਹੋਰ ਕੇ ਇਸ ਮੇਰੇ ਤਾਂ ਪੈਸੇ ਹੀ ਬੰਨ ਗੇ ਜਿਹੜਾ ਇਹੇ ਜਾ ਕਮਿਸ਼ਨਰ ਐ ਉਹਨੂੰ ਤੁਸੀਂ ਕੀ ਕਰੋਗੇ ਪੰਜਾਬੀ ਚ ਕਹਿੰਦੇ ਜੀਨ ਲਾਤੀ ਦੋਈ ਉਹਦਾ ਕੀ ਕਰੇ ਕੋਈ ਕੋਈ ਤਾਂ ਬੰਦੇ ਨੂੰ ਥੋੜਾ ਮੋਟਾ ਉਹਦੀ ਆਤਮਾ ਦਾ ਲੋਕਾਂ ਦਾ ਕਾਨੂੰਨ ਦਾ ਰੱਬ ਦਾ ਕੋਈ ਡਰਤਾ ਹੋਵੇ ਜਿਹਨੇ ਸਾਰੇ ਡਾਂਹੀ ਚੁੱਕਦੇ ਉਹਨੂੰ ਤੁਸੀਂ ਕੀ ਕਰੋਗੇ ਉਹ ਬੰਦੇ ਗਾਹਾਂ ਹੁਕਮਰਾਨ ਬਣ ਕੇ ਬਹਿ ਗਏ ਉਹ ਫਿਰ ਕੰਸ ਹੁੰਦੇ ਨੇ ਜੇ ਕਾਂਸ ਨੂੰ ਖਤਮ ਕਰਨ ਵਾਸਤੇ ਕੋਈ ਕ੍ਰਿਸ਼ਨ ਉੱਠਦਾ ਹੈ ਸੋ ਇਸ ਕਰਕੇ ਕਾਂਸ ਰਾਜ ਕਰ ਰਹੇ ਨੇ ਬਹੁਤੇ ਕਿ ਕ੍ਰਿਸ਼ਨਾ ਅਜੇ ਸੁੱਤੇ ਪਏ ਨੇ ਅਰਜੁਨ ਸੁੱਤੇ ਪਏ ਨੇ ਉਹ ਤੀਰ ਤੂਰ ਹੋਰ ਹੀ ਪਾਸੇ ਚੜਾਈ ਜਾ ਰਹੇ ਨੇ ਜਿੱਦẽ ਅਰਜੁਨ ਨੇ ਆਪਦੀ ਤਾਕਤ ਦਾ ਹੰਕਾਰ ਛੱਡ ਕੇ ਹੈਗੇ ਨੇ ਅਰਜਨ ਉਹ ਤਾਕਤ ਦੇ ਹੰਕਾਰ ਜਿੱਦẽ ਤਾਕਤ ਦਾ ਹੰਕਾਰ ਛੱਡ ਕੇ ਸ਼੍ਰੀਮਦ ਭਗਵਤ ਗੀਤਾ ਦਾ ਉਪਦੇਸ਼ ਕ੍ਰਿਸ਼ਨ ਜੀ ਦਾ ਸੁਣ ਕੇ ਜਨਤਾ ਨੂੰ ਨਾਲ ਲੈ ਲਿਆ ਜੋ 11ਵੇਂ ਇਹਦਾ ਇਛਿਆ ਹੈ ਵਿਰਾਟ ਪਰਵ ਵਿੱਚ ਆਓ ਸਾਰੇ ਲੋਕ ਤੇ ਉਹਦੇ ਦੇ ਕਿਉਂਕਿ ਆਪਾਂ ਦਾ ਸੀ ਅੱਜ ਕੱਲ ਦੇ ਕਿਹਾ ਵੀ ਮਾਗੀ ਸਾਹਿਬਾਂ ਵਾਸਤੇ ਉੱਥੇ ਆਓ ਇਕੱਠੇ ਹੋ ਕੇ ਆਪੇ ਆਪੇ ਪ੍ਰਬੰਧ ਕਰੋ ਕਿਉਂਕਿ ਅਸੀਂ ਕਿ ਕਰ ਨਹੀਂ ਸਕਦੇ ਪ੍ਰਬੰਧ ਹੋਮ ਮੰਮਾ ਕੇ ਆਓ ਇਹ ਸਰਕਾਰ ਤਾਂ ਖਾਗੀ ਜਿੱਦ ਦੇ ਲੋਕਾਂ ਨੂੰ ਤੁਸੀਂ ਨਾਲ ਲੈ ਕੇ ਚਲੋਗੇ ਫਿਰ ਇਨਸਾਫ ਮਿਲੇਗਾ ਨਹੀਂ ਨਹੀਂ ਮਿਲੇਗਾ ਐਨਆਰਆਈ ਸੀਟਾਂ ਦੇ ਉੱਤੇ ਸੁਪਰੀਮ ਕੋਰਟ ਇੱਕ ਇੱਕ ਮੁੱਸਤ ਫੈਸਲਾ ਕਰੇ ਕਿਲਾ ਐਨਆਰਆਈ ਨੂੰ ਨਾ ਦੇਖੇ ਇਹ ਦੇਖੇ ਵੀ ਦਾਖਲਿਆਂ ਦੇ ਉੱਤੇ ਪੀਪਲ ਵੀਕ ਨਾ ਹੋਵੇ ਮੈਡਿਟੇ ਦਾਖਲੇ ਹੋਣ ਸਰਕਾਰੀ ਕਾਗਜ਼ਾਂ 'ਚ ਨਾ ਮਾਤਰ ਫੀਸ ਨਾ ਪੜਾਈ ਹੋਵੇ ਕਿ ਸਰਕਾਰੀ ਕਾਗਜ਼ਾਂ ਦੇ ਜਿਹੜੇ ਮਾਪਦੰਡ ਜਦ ਕੇਂਦਰ ਸਰਕਾਰ ਸੈ ਕਰਦਾ ਉਹ ਜਿਹੜੇ ਮਾਪਦੰਡ ਨਵੇਂ ਤੈਅ ਕਰਨ ਇੱਥੇ ਐਮਆਰ ਲਗਾਓ ਇੱਥੇ ਫਨਾਣਾ ਲਗਾਓ ਉਹ ਪੈਸਾ ਸਰਕਾਰ ਦੇਵੇ ਕੇਂਦਰ ਲੋਕਿ ਕੇਂਦਰ ਸੈ ਕਰਦਾ ਮਾਪਦੰਡ ਇਹ ਇੰਨੀ ਗੱਲਾਂ ਹੋਣ ਗਿਆ ਸੁਪਰੀਮ ਕੋਰਟ ਡਾਇਰੈਕਸ਼ਨ ਦੇ ਸਕਦੀ ਹੈ ਮੰਗੋ ਸੁਪਰੀਮ ਕੋਰਟ ਡਾਇਰੈਕਸ਼ਨ ਦੇ ਦੇ ਫਿਰ ਇਹਨਾਂ ਲਈ ਸੀ ਰੱਖ ਦਮ ਕਰਦੇ ਠੀਕ ਹੈ ਜੀ ਜੋ ਸਰਕਾਰ ਜੋ ਸਰਕਾਰ ਤਰਕ ਦਿੰਦੀ ਹੈ ਕਿ ਜਿਹੜੇ ਗਵਾਂਡੀ ਸੂਬੇ ਨੇ ਆਪਣੇ ਉਹਨਾਂ ਦੇ ਵਿੱਚ ਵੀ ਐਨ ਆਰ ਆਈ ਕੋਟੇ ਦੀ ਪ੍ਰਵਾਸ਼ਾ ਜਿਹੜੀ ਉਹ ਇਸੇ ਤਰ੍ਹਾਂ ਹੈਗੀ ਹੈ ਜੀ ਉੱਥੇ ਜੇ ਕਰ ਸਕਦੇ ਨੇ ਤਾਂ ਅਸੀਂ ਵੀ ਕਰ ਸਕਦੇ ਹੈਗੇ ਸਾਡੇ ਅਧਿਕਾਰ ਖੇਤਰ ਚੋਂ ਦਾ ਸੋ ਜਿਹੜੇ ਬਾਕੀ ਸੂਬੇ ਨੇ ਕੀ ਵਾਕਈ ਉਹਨਾਂ ਦੀ ਪ੍ਰਵਾਸ਼ਾ ਐਵੇਂ ਹੈਗੀ ਹੈ ਸਰ ਦੇਖੋ ਪ੍ਰਵਾਸ਼ਾ ਕੋਈ ਵੀ 100 ਥਾਂ ਤੇ ਠੱਗੀ ਬੀਜੀ ਜਾਂਦੀ ਹੈ ਹਮਮ ਸਰਕਾਰ ਇਹੋ ਜੀ ਗੱਲ ਕਰਦੀ ਹੈ ਬੇ ਕੋ ਕਿ ਫਰਾਣਾ ਕਰੇ ਸਾਨੂੰ ਹੁਣ ਸੁਪਰੀਮ ਕੋਰਟ ਨੇ ਤਾਂ ਕਹਿੰਦਾ ਨਾ ਦितीय ਉੱਥੇ ਦਾ ਨਾ ਆਪਾਂ ਸਮਝੋ ਇਹਨਾਂ ਨੇ ਕਿਹਾ ਪਹਿਲਾਂ ਇਹਨਾਂ ਨੇ ਕਿਹਾ ਸਾਰੇ ਇੰਡੀਆ ਚ ਚੱਲ ਰਿਹਾ ਹੈ ਇਹਨਾਂ ਨੇ ਉੱਥੇ ਕਿਉਂ ਨਹੀਂ ਕਿਹਾ ਵੀ ਜਾਂ ਸਾਰੀਆਂ ਸੁਚੇਤ ਅਗਿੰਨ ਨੇ ਫਿਰ ਸੁਪਰੀਮ ਕੋਰਟ ਕਿਤੇ ਤੁਹਾਡੇ ਖਾਤੇ ਨਾ ਕਰ ਦਿਆਂ ਦੇ ਖਿਲਾਫ ਫੈਸਲਾ ਕਰ ਦਿੰਦੀ। ਉੱਥੇ ਤਾਂ ਚਾਰ ਤੋਂ ਛੋਟੀਆਂ ਵੀ ਆਹ ਹਰਮਾਚਲ ਆਈ ਜੀ ਯੂਟੀ ਚੰਡੀਗੜ੍ਹ ਇਹ ਮੈਨੂੰ ਨਹੀਂ ਪਤਾ ਮੈਂ ਉਹਦੇ ਰੂਲ ਨਹੀਂ ਦੇਖਿਆ ਜੀ। ਪਰ ਜੇ ਮੰਨ ਲਓ ਇਹ ਹਰਿਆਣਾ ਹਰਮਾਚਲ ਯੂਟੀ ਚੰਡੀਗੜ੍ਹ ਕਰਦਾ ਵੀ ਹੋਵੇ ਉਹਨਾਂ ਨੇ ਕਹਿਤਾ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇ ਉਹ ਨਾ ਦਾ ਸੀ ਪਕੜਾ ਤਾਂ ਕਿਹਾ ਥੋੜਾ ਨਹੀਂ ਕਰ ਦਿੰਦੇ। ਹੂੰ ਹੂੰ ਜੇ ਇਸ ਆਲ ਇੰਡੀਆ ਲੈਵਲ 'ਦੀਆਂ 34 ਸਟੇਟਾਂ ਝੂਠੀਆਂ ਕਰ ਰਹੀਆਂ ਨੇ ਫਿਰ ਉੱਥੇ ਦਿਨ ਨਾ ਵਿਆਜ ਆਈ ਜੀ ਆ ਇੰਨਾ ਤਾਂ ਘਾਮੇ ਗਿਆ ਨਾ ਇੰਨਾ ਕਰੋੜਾਂ ਰੁਪਏ ਖਰਚੇ ਹੈ ਨਾ ਕਿ ਇਹਨਾਂ ਕੋਲ ਤਾਂ ਸਾਰੀ ਪਾਵਰ ਹੈ ਨਾ ਇਹਨਾਂ ਕੋਲ ਤਾਂ ਸਾਰੇ ਬੰਦੇ ਨੇ ਨਾ ਆ ਜਿਹੜੀਆਂ ਮੈਂ ਫੀਸਾਂ ਨਹੀਂਆਂ ਨੇ ਦੇਖੋ ਤਾਂ ਕੋਈ ਬੰਦੇ ਨਹੀਂ ਨਾ ਮੈਂ ਤਾਂ ਆਪਦਾ ਖਰਚਾ ਕਰਦਾ ਨਾ ਆ ਮਹਿਲਾਈਆਂ ਨੇ ਇਹ ਕਿਉਂ ਨਹੀਂ ਕਰ ਸਕਦੇ ਇਹ ਕਿਉਂ ਨਹੀਂ ਇਹਨਾਂ ਨੇ ਕਰਿਆ ਕਿ ਪੂਰੇ ਮੁੜਕਦੇ ਸਾਰੇ ਸੂਬਿਆਂ ਦੀ ਇਕੱਲੀ-ਕੱਲੀ ਦੀ ਸਰਕਾਰੀ ਫੀਸ ਐਨੀ ਆ ਜੀ ਆ ਐਨਆਰਆਈ ਦੀ ਐਨੀ ਆ ਜੀ ਮੈਨੇਜਮੈਂਟ ਕੋਰਟ ਦੀ ਐਨੀ ਆ ਦੇਖ ਲੋ ਸਾਧੀਆਂ ਤਾਂ ਘੱਟ ਨੇ ਇਹ ਕਿਉਂ ਨਹੀਂ ਦਸੀਆ ਇਹਨਾਂ ਨੇ ਇਹ ਕੇਸ ਹਾਰ ਕੇ ਤਾਂ ਆਏ ਨੇ ਕਿਉਂਕਿ ਇਹਨਾਂ ਨੇ ਗੜਬੜ ਕਰੀ ਹੋਈ ਐ ਮੈਂ ਲਾਸਟ ਲਾਈਨ ਕਰਾਂ ਕਿਉਂਕਿ ਲੰਬਾ ਹੋ ਰਿਹਾ ਆਪਣਾ ਮੈਂ ਇੱਕ ਵੀ ਕੇਸ ਮੈਡੀਕਲ ਐਜੂਕੇਸ਼ਨ ਦਾ ਇੱਕ ਵੀ ਕਦੇ ਹਾਰਿਆ ਨਹੀਂ ਜੇ ਹਾਈ ਕੋਰਟ ਤੋਂ ਅਗਲਾ ਸੁਪਰੀਮ ਕੋਰਟ ਤੱਕ ਉੱਥੇ ਵੀ ਜਿੱਤ ਕੇ ਆਇਆ ਕਿਉਂ ਕਿ ਅਸੀਂ ਇਨਸਾਫ ਕਰਦੇ ਸੀ ਸੋ ਇਹਨਾਂ ਨੇ ਗੜਬੜ ਕਰੀ ਐ ਇਹਨਾਂ ਤਾਂ ਇੱਕ ਹੋਰ ਕਾਰਕਟਫੀ ਕਰੀ ਹੋਈ ਆ ਪੰਜਾਬ ਨਾਲ ਆ ਜਿਹੜੀ ਮੈਂ ਤਾਜੀ ਨੋਟੀਫਿਕੇਸ਼ਨ ਪੜ੍ਹ ਰਿਆ ਸੀ ਉਹ ਚ ਨਿਸ਼ਤਾ ਇਹ 2001 ਚ ਅਸੀਂ ਬਣਾਇਆ ਸੀ ਵੀ 2000 ਚ ਵੀ ਬਾਹਰਲੇ ਬੱਚੇ ਦਾਖਲਾ ਨਾ ਲੈ ਸਕ ਕੋਈ ਪਤਾ ਕੋਈ ਸੰਤ ਕੋਟਾ ਸਾਬਦਾ ਇਹਨਾਂ ਨੇ ਉਹ ਜਿਹੜੀਆਂ ਸੀਟਾਂ 55 ਰਹਿ ਗਈਆਂ ਜਿਹੜੀਆਂ ਸਰਕਾਰੀ ਕਾਲਜਾਂ ਦੀ ਸੀਟਾਂ ਪਤਾ ਉਹਦੇ ਚ ਕੀ ਕਰਤਾ ਕਹਿੰਦੇ ਜਾਓ ਪੰਜਾਬ ਦਾ ਰੈਜ਼ੀਡੈਂਟ ਹੋਵੇ ਜਾਂ ਆ ਆ ਹੋਵੇ 11ਵੀਂ 12ਵੀਂ ਇੱਥੋਂ ਕਰੀ ਹੋਵੇ ਜੀ ਉਸ ਵਾਂਗ ਹੋਰ ਖੁੱਲਾ ਕਰਤਾ ਆਇਦਰ ਆਰ ਪਤਾ ਵਿੱਚ ਨਾਮ ਤੇ ਪਾ ਲਿਓ ਇਹ ਆਰ ਇਹਨਾਂ ਨੇ ਪਾਇਆ ਔਰ પાਕੇ ਉਹਦਾ ਜਮਾ ਹੀ ਪਠਭਟਾ ਤਾਂ ਹਾਲਾਂਕਿ ਤੈਨੂੰ ਵੀ ਉਹਨਾਂ ਨੇ ਖਰਾਬ ਕਰਿਆ ਹੋਇਆ ਸੀ ਇਹ 18 ਵਿੱਚ ਖਰਾਬ ਹੋਣਾ ਸ਼ੁਰੂ ਹੋ ਗਿਆ ਸੀ ਜੋ ਮੈਨੂੰ ਜਾਣਕਾਰੀ ਮਿਲੀ ਹੈ ਇਹਨਾਂ ਦੇ ਚੋਂ ਤੇ ਨੈਟ ਨੋਟਸ ਤੇ ਦੱਬਦੇ ਨਹੀਂ ਹੁਣ ਉਹ ਤਾਂ ਕਹਿੰਦੇ ਪਹਿਲਾਂ ਪਰਮਿਸ਼ਨ ਲਾਓ ਫਲਾਣ ਨਾਲ ਲਾਓ ਸੂਚਨਾ ਹੀ ਦਿੰਦੇ ਨਹੀਂ ਪਰ ਚਲੋ ਇਹ 2015-16 ਤੱਕ ਪੰਜਾਬ ਦੇ ਬੱਚੇ ਹੀ ਦਾਖਲਾ ਲੈ ਸਕਦੇ ਸੀ ਹੁਣ ਉਹਨਾਂ ਨੇ ਪੂਰੇ ਮੁਲਕ ਦੇ ਬੱਚੇ ਦਾਖਲਾ ਲੈਣ ਲਾਤੇ ਔਰ ਹੁਣੀ ਜਿਹੜਾ ਦਾਖਲਾ ਹੋਇਆ ਪੰਜਾਬ ਇਹ ਬਾਬਾ ਫਰੀਦ ਨੇ ਕਰਿਆ ਉਹਦੇ ਚ ਕਿੰਨੇ ਹੀ ਬੱਚੇ ਪੜੇ ਗਏ ਨੇ ਗਲਤ ਦੇਖੇ ਬਹੁਤ ਹਰਿਆਣਾ ਚ ਵੀ ਲੈ ਲਿਆ ਜੀ ਉਹਨੇ ਉੱਤੇ ਦਿੱਲੀ ਚ ਵੀ ਲੈ ਲਿਆ ਜੀ ਉਹਨੇ ਉੱਤਰਾਖੰਡ ਚ ਵੀ ਲੈ ਲਿਆ ਜੀ ਉਹਨੇ ਅਸਾਮ ਚ ਵੀ ਲੈ ਲਿਆ ਜੀ ਇੱਥੇ ਵੀ ਲੈ ਲਿਆ ਕਿਉਂਕਿ ਇਹ ਨਾ ਜ਼ੂੜੀ ਹੈ ਜene ਅਰ ਇਹ ਰੂਟ ਇਹਨਾਂ ਨੇ ਬਣਾਏ ਨੇ ਜਿਹੜਾ ਕੇਸ ਮੈਂ ਮੈਂ ਚਿਗਾਉਦੋ ਉਹ ਕੋਈ ਮੈਂ ਨਾ ਕਰਦਾ ਮੈਂ ਤਾਂ ਕਹਿਣਾ ਮੇਥੀ ਰੂਟ ਬਣਾਈ ਪੰਜਾਬ ਸਰਕਾਰ ਵੀ ਬਣਾਈ ਤਾਂ ਪੰਜਾਬ ਸਰਕਾਰ ਨਹੀਂ ਨਾ ਮੈਂ ਤਾਂ ਸਿਰਫ ਵੇੰਚੂ ਕਰੀਆ ਉਹ ਸੀ ਕੇਸ ਵੀ ਜਿੱਤੇ ਇਹਨਾਂ ਨੇ ਆ ਕੇ ਉਲਟਾ ਕਰਤਾ ਇਹ ਦੇਖੇ ਨਾ ਜਵਾਬ ਵੀ ਉਲਟਾ ਕਿਉਂ ਆ ਤੁਸੀਂ ਇਹਨੂੰ ਠੀਕ ਕਿਉਂ ਨਹੀਂ ਕਰਦੇ ਇਹ ਸਾਰੇ ਬੱਚੇ ਕਿਉਂ ਆਈ ਜਾਂਦੇ ਨੇ ਦੇਖੋ ਕਾਨੂੰਨ ਹੈ ਕਿ ਕਹਿੰਦੇ ਹੋਣਗੇ ਬੋਹੋ ਖਾਣਾ ਖਾਣਾ ਇਹ ਹੁੰਦਾ ਗਿੱਦੜ ਪਾਚੀ ਕੱਢਣਾ ਉਸੇ ਕਾਨੂੰਨ ਦੇ ਤਹਿਤ ਜਿਹੜੇ ਬੰਦੇ ਨੇ ਕੰਮ ਨਹੀਂ ਕਰਨਾ ਉਹੀ ਨਹੀਂ ਜੀ ਇਹਦਾ ਮਤਲਬ ਆ ਹੈ ਇਹਦਾ ਮਤਲਬ ਆ ਹੈ ਉਸੇ ਕਾਨੂੰਨ ਦੇ ਵਿੱਚ ਜਦ ਤੁਸੀਂ ਧਿਆਨ ਨਾਲ ਪੜੋ ਤੁਹਾਨੂੰ ਉਹ ਵੀ ਲੱਭ ਜਾਂਦਾ ਵੀ ਇਹਦੇ ਅੰਡਰ ਸੀ ਆ ਕਰ ਸਕਦੇ ਟਰੱਕੇ ਕਰਕੇ ਬਾਹਰ ਕੋਈ ਨਹੀਂ ਰੋਕ ਸਕਦਾ ਉਹ ਜਿਹੜੀ ਜਿੱਤੋਂ ਕੱਢਿਆ ਕਰਨ ਉਹ ਨਾ ਅਸੀਂ 6-6 ਮਹੀਨੇ ਕੇ ਇਸਪੂਕ ਟਨ ਕੋਟਾਂ ਚ ਲੱਗੇ ਪੰਡ ਬਣ ਕੇ ਬਕੇ ਜਾਂਦੇ ਸੀ ਜਿੱਥੇ ਕਈ ਵਾਰੀ ਐਸਾ ਹੁੰਦਾ ਵੀ ਸਾਡੇ ਉਲਟ ਫੈਸਲਾ ਹੋਣਾ ਕਿਉਂਕਿ ਅਗਲਾ ਵਕੀਰ ਬਹੁਤ ਤਕੜਾ ਹੈ ਉਹ ਗਾਹ ਹੈ ਜੋ ਆ ਜੀ ਆ ਹੋ ਜੁ ਜਿੰਨੇ ਬੋਲਦੇ ਨੇ ਇੱਜ ਉੱਥੇ ਵੀ ਕਈ ਵਾਰ ਬੋਲਦੇ ਨੇ ਇਹ ਤਾਂ ਹੋ ਜੂ ਜੀ ਨਾ ਕੋ ਤਾਂ ਅਬ ਨਹੀਂ ਜੀ ਹੋ ਨਹੀਂ ਜੀ ਜਦ ਨਹੀਂ ਕਦਾਸ ਪੜਾਈ ਨੇ ਫਿਰ ਮੈਂ ਹੁਣ ਸੁਣਾ ਹੀ ਦਿੰਦਾ ਐਟ ਰੌਲਾ ਪਾ ਲਿਆ ਇਹਨਾਂ ਕੋਲ ਤਾਂ ਜੀ ਐਵੇਂ ਉਹ ਬੱਚੇ ਕਿਵੇਂ ਪੜਨਗੇ ंडीगढ़ ਘਟ ਕੀ ਪੜਨਗੇ ਇਹਨਾਂ ਕੋਲ ਤਾਂ ਕਿਤੇ ਆਲੜੇ ਪੜਾਈ ਦਾ ਹੈ ਹੀ ਨਹੀਂ ਪਲੱਸ 2 ਦਾ ਮੈਡੀਕਲ ਦਾ ਹਾਈ ਕੋ ਨੂੰ ਵੀ ਲੱਗਿਆ ਵੀ ਹੁਣ ਜੇ ਬੱਚਿਆਂ ਦੇ ਕੋਲੇ ਪੜਨ ਦਾ ਮੌਕਾ ਹੀ ਨਹੀਂ ਉਹ ਕਿੱਥੇ ਜਾਣ ਮੈਂ ਨਾਲ ਦੀ ਨਾਲ ਡੀਪੀਏ ਸੈਕੰਡਰੀ ਨੂੰ ਤੇ ਕਾਲਜ ਨੂੰ ਫੋਨ ਕਰਕੇ ਕਿਹਾ ਵੀ ਮੈਨੂੰ ਦੱਸੋ ਬੇਰਾਬਸੀ ਬਨੂੜ ਨਾਲੂੜੂ ਕੋਰਾਲੀ ਖਰੜ ਇੱਥੇ ਕਿੰਨਾ ਕਿੰਨਾ ਸਕੂਲਾਂ ਦੇ ਵਿੱਚ ਪਲੱਸ 2 ਦੀ ਮੈਡੀਕਲ ਦੀ ਸਬਜੈਕਟ ਅਵਲਡ ਨਹੀਂ ਨਾ ਤਾਂ ਕਹਿੰਦੇ ਉਹ ਨਰਸਿੰਗ ਡੂਇੰਗ ਦੋ ਪਾਰਸ ਤੋਂ ਬਾਅਦ ਹਾਈ ਕੋਰਟ ਚ ਪੇਸ਼ ਕਰਨੇ ਨੇ ਫੋਨ ਤੇ ਸੁਟਣ ਨਾਲੋਂ ਰਹੀ ਆਗਲੇ ਨੇ ਮੈਂ ਸਾਹਿਬ ਜੀ ਡਰ ਰਿਹਾ ਸੀ ਕਾਜ ਜੀ ਉੱਥੇ ਪਲਸ 2 ਹੋ ਰਹੀ ਆ ਫਲਾਨੇ ਖਾਤੇ ਪਲਸ 2 ਹੋ ਰਹੀ ਆ ਆ ਇੱਥੇ ਕਾਲਸਾ ਕਾਜ ਉਹਦੇ ਚ ਪਲਸ 2 ਹੋ ਰਹੀ ਆ ਖਾਡਣ ਦੇ ਵਿੱਚ ਕਿੱਥੇ ਉਹਨੂੰ ਹੂੰ ਮੈਂ ਲਿਸਟ ਪੇਜ ਕਰੀ ਅਸੀਂ ਜਿੱਤ ਗਏ ਹੁਣ ਇਹ ਨਹੀਂ ਇਹ ਕਰਦੇ ਨੇ ਇਹਨਾਂ ਐ ਕਰੋ ਇਹਨਾਂ ਡੇਰਿੰਗ ਨੂੰ ਵਿੱਚ ਕਦੇ ਸੋਚਿਆ ਵੀ ਇਹਨਾਂ ਨੇ ਜਿਆਦਾ ਆਗਲੇ ਨੇ ਉਹ ਜੱਜ ਸਾਹਿਬ ਨੇ ਨਹੀਂ ਸਾਨੂੰ ਆਖਿਆ ਪੇਸ਼ ਕਰੋ ਆਗਲਾ ਵਕੀਲ ਬਦਿਲ ਦੇ ਰਿਹਾ ਮੈਨੂੰ ਪਤਾ ਵੀ ਇਹ ਦਿੱਲੀ ਤੇ ਅਸੀਂ ਹਾਰ ਸਕਦੇ ਹਾਂ ਜੀ ਮੈਂ ਨਾਲ ਦੀ ਨਾਲ ਸੁਚਨ ਲਈ ਹੈ ਪਰ ਨਾਲ ਦੀ ਨਾਲ ਹੀ ਆਫਟਰਨੂੰਜੋ ਪੇਸ਼ ਕਰਤੀ ਵਿਆਹ ਹੋ ਗਿਆ ਭਈਆ ਜਿੰਨੇ ਦੇਖਨੇ ਦੇਖ ਲਈ ਇਹਨਾਂ ਨੂੰ ਕੋ ਕੇ ਰੱਖਦੇ ਨੇ ਪੜੀ ਕੇ ਸੁਚਨ ਲੈਂਦੇ ਨਹੀਂ ਫਿਰ ਧੁਕੋ ਕੇ ਰੱਖਦੇ ਨੇ ਫਿਰ ਇਹ ਅੱਦਾ ਪੜਦੇ ਨੇ ਦੇਖੋ ਮੈਡਮ ਆਪਾਂ ਗੰਦ ਸਮਝੀਏ ਸਰਕਾਰ ਚ ਜਿਹੜੇ ਅਧਿਕਾਰੀ ਬੈਠੇ ਨੇ ਉਹਨਾਂ ਨੂੰ ਚੇਤਨ ਹੋ ਕੇ ਬੈਠਣਾ ਚਾਹੀਦਾ ਹੈ ਉਹਨਾਂ ਨੇ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣਾ ਹੁੰਦਾ ਹੈ ਉਹਨਾਂ ਨੇ ਕੋਈ ਜਾਤ ਪਾਤ ਦੇ ਨਾਂ ਤੇ ਕੋਈ ਧਰਮ ਦੇ ਨਾਂ ਤੇ ਕੋਈ ਸਿਆਸੀ ਉਹਨਾਂ ਦੀ ਇਹ ਕਿਸੇ ਨਾਲ ਸਮਝ ਦੇ ਨਾਂ ਦੇ ਉੱਤੇ ਇਹ ਨਹੀਂ ਕਰਨਾ ਹੁੰਦਾ ਉਹਨਾਂ ਨੇ ਕਾਨੂੰਨ ਅਨੁਸਾਰ ਕੰਮ ਕਰਨਾ ਹੁੰਦਾ ਹੈ ਇਨਸਾਫ ਦੇਣਾ ਹੁੰਦਾ ਇਹ ਕੀ ਹੈ ਜੇ ਸ਼ੈਡਿਊਲ ਕਲਾਸ ਉਹਦਾ ਮੈਚਡੂ ਕਲਾਸਾਂ ਦਾ ਕਰੀ ਜਾਵਾ ਜੇ ਨੌਨ ਸ਼ੈਡਿਊਲ ਕਲਾਸ ਉਹ ਕਰਨਾ ਦਾ ਸ਼ੈਡਿਊਲ ਕਲਾਸਾਂ ਦਾ ਗਲਾ ਘੁੱਟੀ ਜਾਵਾ ਇਹ ਇਹ ਕਰ ਰਹੇ ਨੇ ਮੈਨੂੰ ਕਿਸੇ ਕੋਈ ਚੀਜ਼ ਕਰਨੀ ਆ ਅਧਿਆਰਮੀ ਉਹ ਹਿੱਸਾ ਦੇ ਵਿਦਿਆਰਥੀਆਂ ਦੇ ਦੇਉਟੀ ਫਾਕਾ ਉਦਮੇਗਾ ਕਰ ਰਹਾ ਨਾ ਮੈਂ ਸਾਬਤ ਕਰਕੇ ਦਿਖਾ ਦਿੰਨਾ ਵੀ ਇਹ ਬਿਲਕੁਲ ਗੈਰ ਕਾਨੂੰਨੀ ਕੰਮ ਕਰ ਰਹੇ ਜੀ ਡਾਕਟਰ ਐਨਆਰਆਈ ਕੋਟੇ ਨੂੰ ਹਾਈਲੀ ਰੈਗੂਲੇਟ ਕਰਨ ਦੀ ਜ਼ਰੂਰਤ ਹੈ ਇਹਦੀ ਇੱਕ ਪਰਿਭਾਸ਼ਾ ਹੋਣੀ ਚਾਹੀਦੀ ਹੈ ਉਸੇ ਪਰਿਭਾਸ਼ਾ ਦੇ ਤਹਿਤ ਹੀ ਕੰਮ ਹੋਣਾ ਚਾਹੀਦਾ ਹੈ ਦੂਜੀ ਗੱਲ ਤੁਸੀਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕਹੀ ਸੀ ਕਿ ਜਿਹੜਾ 85% ਸਟੇਟ ਦਾ ਕੋਟਾ ਹੈਗਾ ਉਹਨੂੰ ਵੀ ਡਿਲੂਟ ਕਰ ਦਿੱਤਾ ਗਿਆ ਹੈਗਾ ਇਹ ਵੀ ਇੱਕ ਪੰਜਾਬੀ ਵਿਦਿਆਰਥੀਆਂ ਲਈ ਖਤਰੇ ਦੀ ਘੰਟੀ ਹੈਗਾ ਆ ਔਰ ਉਹ ਵੀ ਖਾਸ ਤੌਰ ਤੇ ਉਸ ਸਮੇਂ ਜਦੋਂ ਆਪਣਾ ਵੱਡਾ ਸੈਕਸ਼ਨ ਬੱਚਿਆਂ ਦਾ ਵਿਦੇਸ਼ਾਂ ਨੂੰ ਪੱਜਣਾ ਹੈ ਘੰਟੀ ਨਹੀਂ ਘੰਟੀ ਨਹੀਂ ਖਤਰੇ ਘੰਟੀ ਨਹੀਂ ਖਤਰਾ ਹੈ ਹੋ ਗਿਆ ਬਾਕੀ ਤਾਂ ਹੁੰਦੀ ਹੈ ਜੇ ਰੌਲਾ ਹਾਂ ਹੋਇਆ ਹੋਇਆ ਹੂੰ ਹੂੰ ਠੀਕ ਹੈ ਸਰ ਹੋਰ ਕੋਈ ਗੱਲ ਠੀਕ ਹੈ ਮੈਂ ਤਾਂ ਇਹੀ ਕਹਾਂਗਾ ਵੀ ਇਹ ਪੰਜਾਬ ਦੇ ਬੱਚਿਆਂ ਦਾ ਜਿਹੜਾ ਨੁਕਸਾਨ ਕਰਿਆ ਹੈ ਇਹ ਸਰਕਾਰ ਕਹਿੰਦੀ ਅਸੀਂ ਪੰਜਾਬ ਵਾਸੀਆਂ ਭਗਤ ਸਿੰਘ ਦਾ ਨਾਮ ਲੈ ਰਹੀ ਹੈ ਆ ਜਿਹੜਾ ਵੀ ਪੰਜਾਬ 85% ਕੋਟੇ ਚ ਪੰਜਾਬ ਦਾ ਬੱਚਾ ਹੀ ਦਾਖਲ ਲੈ ਸਕੇਗਾ ਉਸਾਮ ਦੇ ਤਾਮਲਨਾਡੂ ਦੇ ਅਸੀਂ ਨਹੀਂ ਕਹਿੰਦੇ ਉਹ ਸਾਨੂੰ ਨਹੀਂ ਦਿੰਦੇ ਅਸੀਕ ਨੇ ਇਫਟਾਉ ਦਾਖਲਾ ਬੰਦ ਕਰਨਾ ਠੀਕ ਹੈ ਜੀ ਕਾਨੂੰਨ ਬਣਾਉਣਾ ਇਹ ਨਾਲ ਤਾਂ ਪਹਿਲਾਂ ਗਲਤੀ ਹੋ ਗਈ ਹੁਣ ਠੀਕ ਕਰਦੇ ਹਾਂ ਦੂਜਾ ਦੂਜਾ ਇਹ ਐਨਆਰਆਈ ਨੂੰ ਸੁਪਰੀਮ ਕੋਰਟ ਜਦ ਕਰੂ ਕਰੂ ਰੈਗੂਲੇਟ ਕਰਨ ਸਟ੍ਰਿਕਟਲੀ ਰੈਗੂਲੇਟ ਕਰਨਾ ਬੇ ਸਿਰਫ ਐਨਆਰਆਈ ਆਏਗਾ ਦਾਸਾਣ ਵੀ ਔਨ 100 ਆਵੇ ਪੰਜਾਬ ਹੈ ਤੀਜਾ ਐਨਆਰਆਈ ਸੀਟਾਂ ਕਾਮਨ ਪੂਲ ਤੋਂ ਕੱਢ ਕੇ ਫੇਰ ਸਾਰੀ ਡਿਸਟ੍ਰਿਬਿਊਸ਼ਨ ਕਰੀਏ ਉਹ ਬਾਕੀ ਐਨਆਰਆਈ ਸੀਟ ਨੂੰ ਉਹਦਾ ਕਾਮਨ ਪੂਲ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ ਠੀਕ ਹੈ ਜੀ ਉਹਨੂੰ ਵੱਖਰਾ ਕਰ ਦਿਓ ਪਹਿਨਾ ਫਿਰ ਸਾਰੀ ਡਿਸਟ੍ਰਿਬਿਊਸ਼ਨ ਕਰੋ ਰੈਦਰਵੇਸ਼ਨ ਕਿੰਨੀ ਆ ਕਿ ਜਲਦੀ ਜਾਂਦੇ ਮੈਂ ਇੱਕ ਚੀਜ਼ ਤੁਹਾਡੇ ਤੋਂ ਕਲੀਅਰ ਕਰਨੀ ਚਾਹਨੀ ਆ ਵੀ ਜਦੋਂ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਚੋ ਇਹ ਪਹਿਲੀ ਗੱਲ ਤਾਂ ਹਾਈ ਕੋਰਟ ਚ ਜਦੋਂ ਇਹ ਰੱਦ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਓਪਨ ਕੈਟਾਗਰੀ ਜਿਹੜੀਆਂ ਜਨਰਲ ਕੈਟਾਗਰੀ ਸੀ ਉਹਦੇ ਵਿੱਚ ਕਿੰਨਾ ਸੀਟਾਂ ਰਹਿ ਗਈਆਂ ਸੀ ਕਿਉਂਕਿ ਐਨਆਰਆਈ ਕੋਟੇ ਚ ਜ਼ਿਆਦਾ ਹੋ ਗਈਆਂ ਸੀ ਤੇ ਹੁਣ ਇਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿੰਨਾ ਫਰਕ ਪਿਆ ਹੈਗਾ ਜਸ ਨੰਬਰ ਜਾਂਦੇ ਜਾਂਦੇ ਸਾਨੂੰ ਦੇ ਦਿਓ ਜੀ ਦੇਖੋ 83 ਸੀਟਾਂ ਤਾਂ ਇੱਕ ਨੇ ਇਹ ਆ 275 ਚ ਦੂਜੀਆਂ ਇੱਥੇ ਹੈਗੀਆਂ ਨੇ ਗ੍ਰੈਂਡ ਟੋਟਲ 50 ਇੱਕ ਨੇ ਸਰਕਾਰ ਇਹ ਕਿੰਨੀਆਂ 60 60 ਹੈਗੀਆਂ ਸਰਕਾਰੀ ਚ 143 ਹੋ ਗਏ 143 ਤੋਂ ਬਾਅਦ 23 ਸੀਟਾਂ ਹੈਗੀਆਂ ਨੇ ਗੁਰੂ ਰਾਮਦਾਸ ਦੇ ਵਿੱਚ 143 23 166 166 166 ਤੇ 15 ਸੀਟਾਂ ਹੈਗੀਆਂ ਨੇ ਇਹ ਕ੍ਰਿਸਚੀਅਨ ਮੈਡੀਕਲ ਕਾਲਜ 166 15 181 ਸੀਟਾਂ ਨੇ 181 ਸੀਟਾਂ ਦੇ ਵਿੱਚੋਂ ਜਿਹੜਾ ਹੁਣ ਸੁਪਰੀਮ ਕੋਰਟ ਨੇ ਕਰਤਾ ਉਹਦੇ 40 ਜਾਂ 45 ਭਰਨ ਗਈਆਂ ਇਹ ਬਹੁਤੀਆਂ ਜਨਰਲ ਕੋਰਟੇ ਚੋਂ ਆਈਆਂ ਹੋਈਆਂ ਸੀ ਤੇ ਜਨਰਲ ਕੋਰਟੇ ਨੂੰ 140 ਸੀਟਾਂ ਦਾ ਫਾਇਦਾ ਹੋ ਜੇ ਜਿਹੜਾ ਬਹੁਤ ਵੱਡਾ ਡਾਸ ਸੀ ਕਿਉਂਕਿ ਉਹਨੇ ਸਾਰੀਆਂ ਗਈਆਂ ਹੁਣ ਕੋਈ ਸੀਟ ਹੀ ਨਹੀਂ ਰਹੀ ਜਨਰਲ ਕੋਰਟੇ ਨੂੰ ਤਾਂ ਸੋ ਇਹ ਫਾਇਦਾ ਸੀਟਾਂ ਹੀ ਨਹੀਂ ਰਹਿਣਗੀਆਂ ਉਹ ਭਰੀਆਂ ਨਹੀਂ ਜਾਣੀਆਂ ਅਸਲੀ ਐਨਆਰਆਈ ਤੋਂ ਜਿਹੜੀ ਇਹਨਾਂ ਨੇ ਡੈਫੀਨੇਸ਼ਨ ਬਦਲੀ ਸੀ ਉਹਦੇ ਨਾਲ ਭਰੀਆਂ ਜਾਣੀਆਂ ਸੀ ਮੁੱਦ ਬਿਕਨੀਆਂ ਸੀ ਹੁਣ ਜਿਹੜਾ ਐਕਚੁਅਲ ਐਨ ਆਰ ਆਈ ਹੈ ਸਿਰਫ ਉਹ ਹੀ ਲੈ ਸਕੇਗਾ ਤੇ ਜਿਹੜੀਆਂ ਬਚੀਆਂ ਜਿਹੜੀਆਂ ਖਾਲੀ ਰਹਿ ਗਈਆਂ ਐਨ ਆਰ ਆਈ ਕੋਟੀਆਂ ਦੀਆਂ ਉਹ ਫਿਰ ਓਪਨ ਕੈਟਾਗਰੀ ਨੂੰ ਦੇ ਦੇਣ ਜਨਰਲ ਕੋਟੇ ਚ ਇਕੱਠੀਆਂ ਨੇ ਠੀਕ ਹੈ ਜੀ ਇਹ ਹੈ ਠੀਕ ਹੈ ਸਰ 140 ਸੀਟਾਂ ਦਾ ਜਨਰਲ ਕੋਟੇ ਨੂੰ ਇਹਦੇ ਨਾਲ ਫਾਇਦਾ ਹੋ ਜਾਊਗਾ ਕਿਉਂਕਿ ਉਹ ਭਰੀਆਂ ਨਹੀਂ ਜਾਂਦੀਆਂ ਜੀ ਇਹ ਨਜਾਇਜ਼ ਪਰ ਰਹੇ ਸੀ ਹਾਏ ਜੀ ਫਰਮਾਨ ਜੀ ਜੀ ਡਾਕਟਰ ਸਾਹਿਬ ਆਪਾਂ ਅੱਜ ਦੀ ਇਸ ਗੱਲਬਾਤ ਨੂੰ ਤੁਹਾਡੇ ਤੋਂ ਇਜਾਜ਼ਤ ਲੈ ਕੇ ਸਮਾਪਤ ਕਰਦੇ ਹਾਂ ਜੀ ਔਰ ਅੱਗੇ ਜਿਹੜੀ ਵੀ ਅਪਡੇਟ ਇਹਦੇ ਤੇ ਆਏਗੀ ਫਿਰ ਤੁਹਾਡੇ ਵੱਲ ਬੇਨਤੀ ਲੈ ਕੇ ਆਵਾਂਗੇ ਸਰ ਅੱਜ ਲਈ ਤੁਹਾਡਾ ਬਹੁਤ ਧੰਨਵਾਦ ਜੀ ਸ਼ੁਕਰੀਆ